ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਤੁਹਾਨੂੰ ਸੁਣਵਾਉਂਦੇ ਹਾਂ ਕਿ ਕੁਝ ਕਿਹਾ ਜਾ ਰਿਹਾ ਹੈ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ। ਸਰਬਜੀਤ ਸਿੰਘ ਖਾਲਸਾ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਨੇ, ਮੋਗਾ ਦੇ ਵਿੱਚ ਪਹੁੰਚੀ ਹੋਈ ਸੀ ਅਤੇ ਉਹਨਾਂ ਨੇ ਕਿਹਾ ਕਿ SGPC ਚੋਣਾਂ ਨੂੰ ਲੈ ਕੇ ਖੂਬ ਤਿਆਰੀਆਂ ਖਿੱਚੋ, ਵੱਧ ਤੋਂ ਵੱਧ ਵੋਟਾਂ ਪੂਰੇ ਪੰਜਾਬ ਦੇ ਵਿੱਚ ਜਿਹੜੇ ਸਿੱਖ ਭਾਈਚਾਰੇ ਦੇ ਲੋਕ ਹੈਗੇ ਨੇ ਉਹ ਵੋਟਾਂ ਬਣਵਾਉਣ। ਉਹਨਾਂ ਦਾ ਸੰਕੇਤ ਸਾਫ਼ ਸੀ ਕਿ SGPC ਚੋਣਾਂ ਦੇ ਵਿੱਚ ਉਹ ਲੜਦੇ ਹੋਏ ਨਜ਼ਰ ਆਉਣਗੇ। ਉਹਨਾਂ ਨੇ ਇਹ ਵੀ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੇ ਨਾਲ ਉਹ ਮਿਲ ਕੇ ਪਾਰਟੀ ਬਣਾਉਣਗੇ। ਅੰਮ੍ਰਿਤਪਾਲ ਜੇਲ੍ਹ ਤੋਂ ਜਦੋਂ ਬਾਹਰ ਆਉਂਦੇ ਨੇ ਤਾਂ ਫਿਰ ਅਸੀਂ ਪਾਰਟੀ ਬਣਾਵਾਂਗੇ। ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਜੇ ਜੇਲ੍ਹ ਤੇ ਜੇਲ੍ਹ ਦੇ ਅੰਦਰੋਂ ਹੀ ਕੋਈ ਉਹਨਾਂ ਦੇ ਵੱਲੋਂ ਗੱਲ ਦੱਸੀ ਜਾਂਦੀ ਹੈ ਤਾਂ ਉਸ ਨੂੰ ਲੈ ਕੇ ਵੀ ਅੱਗੇ ਕਦਮ ਪੁੱਟਣਗੇ। ਯਾਨੀ ਕਿ ਜੇਲ੍ਹ ਦੇ ਵਿੱਚ ਰਹਿੰਦੇ ਹੋਏ ਵੀ ਉਹ ਇੱਕ ਨਵੀਂ ਪਾਰਟੀ ਫਾਰਮ ਕਰਨ ਨੂੰ ਜੇ ਕਹਿੰਦੇ ਨੇ ਤਾਂ ਕਰ ਲਈ ਜਾਏ। ਮੋਗਾ ਦੇ ਵਿੱਚ ਪਹੁੰਚੇ ਹੋਏ ਸੀ ਨਵੀਂ ਪਾਰਟੀ, ਵਿਧਾਨ ਸਭਾ ਦੀ ਇਲੈਕਸ਼ਨ, SGPC ਦੀ ਚੋਣ, ਇਹ ਦੋ ਤਿੰਨ ਅਹਿਮ ਗੱਲਾਂ ਕਹੀਆਂ ਨੇ, ਤੁਹਾਨੂੰ ਸੁਣਾਉਣਾ ਉਹਨਾਂ ਦਾ ਬਿਆਨ। ਉਸ ਤੋਂ ਬਾਅਦ ਆਪਾਂ ਚਰਚਾ ਦੀ ਸ਼ੁਰੂਆਤ ਕਰਾਂਗੇ। ਇੱਥੇ ਤੱਕ ਅੱਗੇ ਚੱਲਣ ਦੀ ਗੱਲ ਹੈ। ਬਾਪੂ ਜੀ ਨੇ ਉਦੋਂ ਮੇਰੀ ਡਿਊਟੀ ਲਾਈ ਸੀ ਪਹਿਲਾਂ ਵੀ ਪਾਰਲੀਮੈਂਟ 'ਚ ਤੂੰ ਸਪੀਕਰ ਨਾਲ ਗੱਲ ਕਰ ਸਹੁੰ ਚੁਕਾਉਣ ਵਾਸਤੇ। ਉਹ ਮੈਂ ਗੱਲ ਕੀਤੀ, ਸਾਰਾ ਮੈਂ ਆਪਣੀ ਡਿਊਟੀ ਨਿਭਾਈ ਅੰਮ੍ਰਿਤਪਾਲ ਦੀ ਸਹੁੰ ਵਾਸਤੇ। ਹੁਣ ਮੈਂ ਜਿਹੜੀ ਅੱਗੇ ਦੀ ਗੱਲ ਹੈ ਪਾਰਟੀ ਦੀ, ਉਹ ਗੱਲ ਇਹ ਹੈ, ਮੈਂ ਇਹ ਸੋਚਦਾ, ਮੇਰੇ ਮਨ 'ਚ ਇਹ ਨਹੀਂ ਹੈ ਵੀ ਅੰਮ੍ਰਿਤਪਾਲ ਅੰਦਰ ਹੈ ਤੇ ਮੈਂ ਇਕੱਲਾ ਹੀ ਆਪਣੀ ਪਾਰਟੀ ਗਠਨ ਕਰ ਲਵਾਂ। ਮੈਂ ਇਹ ਸੋਚਦਾ ਬਈ ਅਸੀਂ ਇਕੱਠੇ ਤੁਰੀਏ, ਉਹ ਬਾਹਰ ਆ ਜਾਵੇ ਤਾਂ ਅਸੀਂ ਪਾਰਟੀ ਦਾ ਐਲਾਨ ਕਰੀਏ। ਮੈਨੂੰ ਇੰਨਾ ਕੁ ਪਿੰਡਾਂ 'ਚ ਫਿਰ ਕੇ ਹੌਸਲਾ ਹੋ ਗਿਆ ਬਈ ਮੈਂ ਆਪਣੇ ਹਲਕੇ ਦੀਆਂ 9 MLA ਦੀਆਂ ਸੀਟਾਂ ਤਾਂ ਨਹੀਂ ਹਾਰਦਾ। ਹੁਣ ਅੰਮ੍ਰਿਤਪਾਲ ਬਾਹਰ ਆ ਜਾਵੇ, ਅਸੀਂ ਸਾਂਝੇ ਤੌਰ 'ਤੇ ਇੱਕ ਪਾਰਟੀ ਬਣਾਵਾਂਗੇ, ਜਿਵੇਂ ਉਹ ਚਾਹੁਣਗੇ, ਜਿਵੇਂ ਅਸੀਂ ਚਾਹਵਾਂਗੇ ਮੈਂਬਰ ਬਣਾਵਾਂਗੇ ਪਾਰਟੀ ਦੇ, ਜਿਨ੍ਹਾਂ ਦੀ ਸਲਾਹ ਨਾਲ ਪਾਰਟੀ ਚੱਲੂਗੀ। ਬਹੁਤ ਅਕਾਲੀ ਦਲ ਦੇ ਜਿਹੜੇ ਮੰਤਰੀ ਵੀ ਰਹੇ ਹੈ, ਬਹੁਤ ਸਾਫ਼ ਅਕਸ ਵਾਲੇ ਵੀ ਬੰਦੇ ਹੈਗੇ ਆ ਅਕਾਲੀ ਦਲ ਦੇ ਵਿੱਚ, ਮੈਨੂੰ ਸਾਰਿਆਂ ਦੇ ਫੋਨ ਆ ਲਏ, ਕਹਿੰਦੇ ਆ ਬਾਈ ਜੀ ਤੁਸੀਂ ਅਗਵਾਈ ਕਰੋ, ਅਸੀਂ ਤੁਹਾਡੇ ਨਾਲ ਤੁਰਾਂਗੇ। ਮੈਂ ਕਿਹਾ ਜੀ ਇੱਕ ਪਾਰਟੀ ਬਣਾਊਂਗਾ ਉਦੋਂ ਜਦੋਂ ਅੰਮ੍ਰਿਤਪਾਲ ਬਾਹਰ ਆਊਗਾ, ਜਾਂ ਉਹ ਮੈਨੂੰ ਕਹੇ ਬਾਈ ਜੀ ਬਾਈ ਤੁਸੀਂ ਪਾਰਟੀ ਦਾ ਗਠਨ ਕਰੋ, ਜਦੋਂ ਮੈਂ ਆਊਂਗਾ ਉਦੋਂ ਆਪਾਂ ਵਰਕ ਕਰਾਂਗੇ ਇਕੱਠੇ, ਬਈ ਇੰਨੇ ਤੁਸੀਂ ਕੰਮ ਸਟਾਰਟ ਕਰੋ, ਮੈਂ ਤਾਂ ਕਰੂੰਗਾ। ਮੈਂ ਇਕੱਲਾ ਨਹੀਂ ਇਹ ਫੈਸਲਾ ਲੈਣਾ ਪਾਰਟੀ ਬਣਾਉਣ ਦਾ। ਇਲੈਕਸ਼ਨਾਂ ਦੀ ਤਿਆਰੀ ਕਰੋ ਸ਼੍ਰੋਮਣੀ ਕਮੇਟੀ ਦੀ, ਵੱਧ ਤੋਂ ਵੱਧ ਪਿੰਡਾਂ 'ਚ ਵੋਟਾਂ ਬਣਾਓ, ਵੱਧ ਤੋਂ ਵੱਧ ਆਪਣੇ ਬੰਦਿਆਂ ਦੀਆਂ ਵੋਟਾਂ ਬਣਾਓ। ਮਹਾਰਾਜ ਨੇ ਤੁਹਾਨੂੰ ਦੱਸਤੀ ਗੱਲ, ਮੈਂ ਬਹੁਤ ਚੜ੍ਹਦੀ ਕਲਾ ਕਰਨੀ ਹੈ ਕੌਮ ਦੀ, ਬਹੁਤ ਚੜ੍ਹਦੀ ਕਲਾ ਹੋ ਜਾਣੀ ਹੈ, ਬਸ ਆਪਾਂ ਇਕੱਠੇ ਹੋ ਕੇ ਤੁਰੀਏ। ਤਾਂ SGPC ਚੋਣਾਂ ਨੂੰ ਲੈ ਕੇ ਐਲਾਨ ਵੀ ਹੈ ਅਤੇ ਇਸ ਦੇ ਨਾਲ ਨਾਲ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸੰਕੇਤ ਵੀ ਹੈ ਅਤੇ ਦੂਜੇ ਪਾਸੇ ਅੰਮ੍ਰਿਤਪਾਲ ਸਿੰਘ ਨੂੰ ਨਾਲ ਆਉਣ ਦਾ ਸੱਦਾ ਵੀ ਹੈ। ਅੱਜ ਅਸੀਂ ਇਸ ਦੇ ਉੱਤੇ ਗੱਲਬਾਤ ਕਰਾਂਗੇ। ਨਵਾਂ ਸਿਆਸੀ ਜੁਗਲ ਇਸ ਕਰਕੇ ਵੀ ਕਹਿ ਰਹੇ ਹਾਂ, ਬੇਸ਼ੱਕ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਨੂੰ ਅਜੇ ਸਮਾਂ ਹੈ, 2027 ਦੇ ਵਿੱਚ ਹੋਣੀ, ਆਪਾਂ 2024 ਦੇ ਵਿੱਚ ਇਸ ਸਮੇਂ ਹੈਗੇ ਹਾਂ, ਪਰ ਦੇਖੋ ਸਿਆਸਤ ਇਸ ਤਰੀਕੇ ਨਾਲ ਹੀ ਹੁੰਦੀ ਹੈ ਕਿ ਅੱਗੇ ਦੀ ਰਣਨੀਤੀ ਘੜੀ ਜਾਵੇ। ਹੁਣ ਦੂਜਾ ਪੁਆਇੰਟ ਇਹ ਹੈ ਕਿ SGPC ਦੇ ਇਲੈਕਸ਼ਨ ਨੂੰ ਲੈ ਕੇ ਕੀ ਇਹ ਰਣਨੀਤੀ ਹੈ। SGPC ਦੀ ਚੋਣਾਂ ਨੂੰ ਲੈ ਕੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਦੇ ਵੱਲੋਂ ਵੀ ਇੱਕ ਬਿਆਨ ਆਲਰੇਡੀ ਦਿੱਤਾ ਗਿਆ, ਜਿਸ ਦਿਨ ਅੰਮ੍ਰਿਤਪਾਲ ਸਿੰਘ ਨੇ 5 ਜੁਲਾਈ ਨੂੰ ਬਤੌਰ ਮੈਂਬਰ ਪਾਰਲੀਮੈਂਟ ਸਹੁੰ ਚੁੱਕੀ, ਉਹਨਾਂ ਨੂੰ ਲਿਆਂਦਾ ਗਿਆ ਡਿਬਰੂਗੜ੍ਹ ਜੇਲ੍ਹ ਤੋਂ ਔਰ ਸਪੀਕਰ ਦੇ ਕਮਰੇ 'ਚ ਹੀ ਅੰਮ੍ਰਿਤਪਾਲ ਨੇ ਸਹੁੰ ਚੁੱਕੀ। ਤਾਂ ਉਸ ਸਮੇਂ ਉਹਨਾਂ ਦੇ ਪਿਤਾ ਨੇ ਵੀ ਇਹ ਬਿਆਨ ਦਿੱਤਾ ਸੀ ਕਿ ਮੁਲਾਕਾਤ ਹੋਈ ਹੈ ਅਤੇ ਵੱਧ ਤੋਂ ਵੱਧ ਵੋਟਾਂ ਬਣਾਉਣ ਦੇ ਲਈ
ਅੰਮ੍ਰਿਤਪਾਲ ਨੇ ਕਿਹਾ ਕਿ ਤੁਸੀਂ SGPC ਦੀਆਂ ਵੱਧ ਤੋਂ ਵੱਧ ਵੋਟਾਂ ਬਣਾਓ। ਤਾਂ ਅੱਜ ਇਸ ਦੇ ਉੱਤੇ ਗੱਲਬਾਤ ਹੋਏਗੀ ਕਿ ਅੰਮ੍ਰਿਤਪਾਲ ਔਰ ਸਰਬਜੀਤ ਸਿੰਘ ਖਾਲਸਾ ਦਾ ਟੋਟਲੀ ਫੋਕਸ SGPC ਦੇ ਉੱਤੇ ਹੈ। ਮੈਂ ਵਿਧਾਨ ਸਭਾ ਚੋਣਾਂ ਦਾ ਜ਼ਿਕਰ ਕਰ ਰਿਹਾ ਸੀ। ਦੇਖੋ, SGPC ਦੇ ਇਲੈਕਸ਼ਨ ਕਦੋਂ ਹੋਣਗੇ ਅੱਜ ਤੱਕ ਕਲੀਅਰ ਨਹੀਂ ਹੈ। SGPC ਦੇ ਲਾਸਟ ਟਾਈਮ ਇਲੈਕਸ਼ਨ 2011 ਦੇ ਵਿੱਚ ਹੋਏ ਸੀ। ਉਸ ਤੋਂ ਬਾਅਦ ਉਹ ਪੂਰਾ ਸਹਿਜਧਾਰੀ ਸਿੱਖਾਂ ਦਾ ਮਸਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਅਤੇ ਉਸ ਤੋਂ ਬਾਅਦ ਹੁਣ ਇਲੈਕਸ਼ਨ ਕਿਤੇ ਨਾ ਕਿਤੇ ਪੈਂਡਿੰਗ। ਤਾਂ ਇਲੈਕਸ਼ਨ ਕਿਸੇ ਵੀ ਸਮੇਂ ਅਨਾਊਂਸ ਕੀਤੇ ਜਾ ਸਕਦੇ ਨੇ। ਨਵੀਆਂ ਵੋਟਾਂ ਬਣਾਉਣ ਦਾ ਜਦੋਂ ਆਦੇਸ਼ ਹੋਇਆ ਤਾਂ ਇੱਕ ਤਰੀਕੇ ਨਾਲ ਸੰਕੇਤ ਸੀ ਕਿ ਜਦੋਂ ਵੋਟਾਂ ਬਣਾਉਣ ਵਾਲਾ ਕੰਮ ਕੰਪਲੀਟ ਹੋ ਗਿਆ ਤਾਂ ਉਸ ਤੋਂ ਬਾਅਦ ਇਲੈਕਸ਼ਨ ਕਿਸੇ ਵੀ ਟਾਈਮ ਹੋਣ ਦਾ ਜਾਂ ਕਰਵਾਉਣ ਦਾ ਐਲਾਨ ਕੀਤਾ ਜਾ ਸਕਦਾ ਹੈ। ਖੈਰ, ਅਸੀਂ ਇਸ ਦੇ ਉੱਤੇ ਗੱਲਬਾਤ ਕਰਾਂਗੇ। ਮੈਂ ਸ਼ੁਰੂਆਤ ਕਰਦਾ ਹਾਂ ਸਭ ਤੋਂ ਪਹਿਲਾਂ ਤਾਰੁਫ ਕਰਵਾਉਣਾ ਅੱਜ ਦੇ ਮਹਿਮਾਨਾਂ ਦੇ ਨਾਲ ਜਿਹੜੇ ਚਰਚਾ ਦੇ ਵਿੱਚ ਸਾਡੇ ਨਾਲ ਸ਼ਾਮਲ ਹੋਣਗੇ। ਬਲਵਿੰਦਰ ਸਿੰਘ ਰੋਡੇ ਜੀ ਸਾਡੇ ਨਾਲ ਜੁੜ ਰਹੇ ਨੇ, ਸਰਬਜੀਤ ਸਿੰਘ ਖਾਲਸਾ ਦੇ ਧੜੇ ਨੂੰ ਰਿਪ੍ਰੈਜ਼ੈਂਟ ਕਰਨਗੇ। ਬਹੁਤ ਬਹੁਤ ਬਲਵਿੰਦਰ ਜੀ, ਸਵਾਗਤ ਹੈ ਤੁਹਾਡਾ। ਸਾਡੇ ਨਾਲ ਕਰਨੈਲ ਸਿੰਘ ਪੀਰ ਮੁਹੰਮਦ ਜੀ ਜੁੜ ਰਹੇ ਨੇ, ਸ਼੍ਰੋਮਣੀ ਅਕਾਲੀ ਦਲ ਨੂੰ ਰਿਪ੍ਰੈਜ਼ੈਂਟ ਕਰਨਗੇ। ਸਾਡੇ ਨਾਲ ਕੁਲਦੀਪ ਸਿੰਘ ਜੀ ਜੁੜ ਰਹੇ ਨੇ, ਸਿੱਖ ਸਕਾਲਰ ਨੇ। ਕੁਲਦੀਪ ਜੀ, ਬਹੁਤ ਬਹੁਤ ਸਵਾਗਤ ਹੈ। ਪੀਰ ਮੁਹੰਮਦ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਤੇ ਅੰਮ੍ਰਿਤਪਾਲ ਸਿੰਘ ਦੇ ਜਿਹੜੇ ਧੜੇ ਦੇ ਨਾਲ ਜੁੜੇ ਹੋਏ ਨੁਮਾਇੰਦੇ ਨੇ, ਉਹ ਵੀ ਕੁਝ ਹੀ ਪਲਾਂ ਦੇ ਵਿੱਚ ਸਾਡੇ ਨਾਲ ਜੁੜਨਗੇ। ਮੈਂ ਸ਼ੁਰੂਆਤ ਕਰਦਾ, ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਸਵਾਗਤ ਹੈ। ਬਲਵਿੰਦਰ ਜੀ, ਉਮੀਦ ਹੈ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੋਵੇਗੀ। ਪਹਿਲਾਂ ਥੋੜ੍ਹਾ ਜਿਹਾ ਸਮਝਾਓ, ਕਲੀਅਰ ਸ਼ਬਦਾਂ ਦੇ ਵਿੱਚ, ਕਿ ਸਰਬਜੀਤ ਸਿੰਘ ਖਾਲਸਾ ਕਹਿਣਾ ਕੀ ਚਾਹੁੰਦੇ ਨੇ, ਅੱਗੇ ਦੀ ਰਣਨੀਤੀ ਸਿਆਸੀ ਤੌਰ ਦੇ ਉੱਤੇ ਕੀ, ਇਲੈਕਟੋਰਲ ਜਿਹੜੀ ਪੋਲੀਟਿਕਸ ਹੈ ਦੇਸ਼ ਦੀ ਜਾਂ ਸੂਬੇ ਦੀ, ਉਸ ਵਾਲੇ ਪਾਸੇ ਰਹਿਣਾ ਜਾਂ ਫਿਰ ਪੰਥਕ ਪਾਰਟੀ ਦੇ ਤੌਰ ਦੇ ਉੱਤੇ ਤੁਸੀਂ ਆਪਣੀ ਅੱਗੇ ਦੀ ਰਣਨੀਤੀ ਤਿਆਰ ਕਰ ਰਹੇ ਹੋ? ਬਲਵਿੰਦਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਰਬਜੀਤ ਸਿੰਘ ਖਾਲਸਾ ਜੀ ਨੇ ਜਿਹੜੀ ਕੌਮ ਦੀ ਭਾਵਨਾ ਉਹ ਸਟੇਜ ਤੋਂ ਅਨਾਊਂਸ ਕੀਤੀ ਹੈ ਜੀ, ਸਮੁੱਚੇ ਸਿੱਖ ਜਗਤ ਦੀ ਇਹ ਭਾਵਨਾ ਹੈ। ਉਹਨਾਂ ਨੂੰ ਹਜ਼ਾਰਾਂ ਫੋਨ ਜਾਂਦੇ ਆ ਕਿ ਇੱਕ ਪੰਥਕ ਪਲੇਟਫਾਰਮ ਦੀ ਲੋੜ ਹੈ, ਜਿਹੜਾ ਅਕਾਲੀ ਸਿਧਾਂਤ ਨੂੰ, ਅਕਾਲ ਤਖ਼ਤ ਸਾਹਿਬ ਨੂੰ ਪਰਨਾਇਆ ਹੋਵੇ, ਗੁਰਮਤਿ ਨੂੰ ਪਰਨਾਇਆ ਹੋਵੇ। ਇਸ ਲਈ ਸਰਬਜੀਤ ਸਿੰਘ ਦੀ ਕੋਈ ਇਹ ਲਿੱਜੀ ਰਾਇ ਨਹੀਂ ਗੀ, ਇਹ ਪੂਰੀ ਕੌਮ ਦੀ ਭਾਵਨਾ ਹੈ। ਇੰਟਰਨੈਸ਼ਨਲ ਪੱਧਰ ਤੇ ਬੈਠੇ ਹੋਏ ਸਿੱਖ ਸੋਚ ਵਾਲੇ ਲੋਕਾਂ ਦੀ ਇੱਕ ਜਿਹੜੀ ਭਾਵਨਾ ਉਹਨੇ ਪੇਸ਼ ਕੀਤੀ ਹੈ ਲੋਕਾਂ ਦੇ ਅੱਗੇ। ਠੀਕ ਹੈ, ਦੀ ਭਾਵਨਾ ਨੂੰ ਥੋੜ੍ਹਾ ਜਿਹਾ ਚਾਨਣਾ ਪਾ ਦੂੰ ਮੈਂ, ਇਸ ਕਰਕੇ ਉਹ ਤਾਂ ਸਮਝ ਰਹੇ ਸੀ ਅਸੀਂ ਗੱਲ, ਕਿ ਤੁਸੀਂ SGPC ਚੋਣਾਂ ਲੜਨ ਦੀ ਤਿਆਰੀ ਕਰ ਰਹੇ ਹੋ ਜਾਂ 2027 ਦੀਆਂ ਵਿਧਾਨ ਸਭਾ? ਸਭ ਕੁਛ ਲੜ ਸਕਦੇ ਜੀ, SGPC ਦੀਆਂ ਚੋਣਾਂ ਵੀ ਲੜਾਂਗੇ, ਉਹ ਵੀ ਕੌਮ ਦੀ ਭਾਵਨਾ ਹੈ, ਤੇ 27 ਦੀ ਤਿਆਰੀ ਤਾਂ ਆਟੋਮੈਟਿਕ ਹੀ ਹੋ ਰਹੀ ਹੈ, ਇਹਦੇ 'ਚ ਕੋਈ ਸ਼ੱਕ ਹੀ ਨਹੀਂ। ਠੀਕ ਹੈ ਬਲਵਿੰਦਰ ਜੀ, ਇਹ ਵੀ ਦੱਸੋ ਕਿ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਜਾਂ ਅੰਮ੍ਰਿਤਪਾਲ ਸਿੰਘ ਦੇ ਜਿਹੜੇ ਸਮਰਥਕ ਨੇ, ਉਹਨਾਂ ਦੇ ਨਾਲ ਕੋਈ ਗੱਲਬਾਤ ਹੋ ਰਹੀ ਹੈ? ਨਵੀਂ ਪਾਰਟੀ ਦਾ ਐਲਾਨ ਤਾਂ ਤੁਸੀਂ ਕਰ ਰਹੇ ਹੋ ਕਿ ਅਸੀਂ ਨਵੀਂ ਪਾਰਟੀ ਬਣਾਵਾਂਗੇ, ਬਣਾਉਣ ਜਾ ਰਹੇ ਹਾਂ। ਨਹੀਂ, ਹੋ ਰਹੀ ਹੈ, ਸਾਰਿਆਂ ਨਾਲ ਵਿਚਾਰ ਕਰਨ ਤੋਂ ਬਾਅਦ ਹੀ, ਅਕਸਰ ਐਡੇ ਵੱਡੇ ਜ਼ਿੰਮੇਵਾਰ ਬੰਦੇ ਨੇ, ਮੈਂਬਰ ਚੁਣੇ ਗਏ ਨੇ, ਜਿਹੜੇ ਜੀ ਦੂਜਾ ਲੋਕ ਸਭਾ ਦੇ ਮੈਂਬਰ ਚੁਣੇ ਗਏ ਨੇ, ਸਰਬਜੀਤ ਸਿੰਘ ਖਾਲਸਾ ਜੀ, ਉਹਨਾਂ ਦੇ ਨਾਲ ਸਾਰਿਆਂ ਦੀ ਸਾਰੀ ਕੌਮ ਦੀ ਭਾਵਨਾ ਜਿਹੜੀ ਆ ਉਹਦੇ ਤੇ ਵਿਚਾਰ ਹੀ ਹੋ ਰਹੀ ਆ। ਕੋਈ ਅੰਮ੍ਰਿਤਪਾਲ ਦੇ ਧੜੇ ਦੀ ਗੱਲ ਨੀ ਗੀ, ਅੰਮ੍ਰਿਤਪਾਲ ਨੂੰ ਹੁਣ ਕੋਈ ਅੰਮ੍ਰਿਤਪਾਲ ਸਿੰਘ ਨੂੰ ਤੇ ਸਰਬਜੀਤ ਸਿੰਘ ਨੂੰ ਕੇਵਲ ਦੂਜੇ ਧੜਿਆਂ ਵਾਂਗ ਨਾ ਵੇਖੋ, ਉਹਨਾਂ ਦੇ ਵਿੱਚੋਂ ਕੌਮ ਦੀ ਭਾਵਨਾ ਨੂੰ ਤੁਸੀਂ ਦੇਖਣ ਦੀ ਕੋਸ਼ਿਸ਼ ਕਰੋ। ਠੀਕ ਹੈ, ਚਲੋ ਮੈਂ ਤੁਹਾਡੇ ਕੋਲ ਵਾਪਸ ਆਉਣਾ, ਸਾਡੇ ਨਾਲ ਜੁੜੇ ਰਹੋ ਤੁਸੀਂ। ਪੀਰ ਮੁਹੰਮਦ ਸਾਹਿਬ ਤੱਕ ਆਵਾਜ਼ ਮੇਰੀ ਪਹੁੰਚ ਰਹੀ ਹੋਏਗੀ, ਉਮੀਦ ਪਹੁੰਚ ਰਹੀ ਹੈ। ਪੀਰ ਮੁਹੰਮਦ ਸਾਹਿਬ, ਦੇਖੋ ਇਹ ਜਿਹੜੀ SGPC ਵਾਲੇ ਪਾਸੇ ਜਦੋਂ ਵੀ ਕੋਈ ਕਦਮ ਪੁੱਟਣ ਦੀ ਕੋਸ਼ਿਸ਼ ਕਰਦਾ ਨਾ, ਸਿੱਧੀ ਚੁਣੌਤੀ ਤੁਹਾਡੇ ਲਈ, ਯਾਨੀ ਸ਼੍ਰੋਮਣੀ ਅਕਾਲੀ ਦਲ ਦੇ ਲਈ ਸਮਝਿਆ ਜਾਂਦਾ, ਤਾਂ ਜਦੋਂ ਪੰਥਕ ਧਿਰਾਂ ਦਾ ਜ਼ਿਕਰ ਹੁੰਦਾ ਔਰ ਉਹ ਧਿਰ ਦੇ ਆ ਉਹ ਨੁਮਾਇੰਦੇ ਜਦੋਂ ਗੱਲ ਕਰ ਰਹੇ ਹੋਣ, ਜਿਨ੍ਹਾਂ ਨੇ ਬਹੁਤ ਤਾਜ਼ਾ ਇਲੈਕਸ਼ਨ ਜਿੱਤੇ ਹੈ,
ਇੱਕ ਪੰਥਕ ਲਹਿਰ ਜਿਸ ਨੂੰ ਕਿਹਾ ਗਿਆ ਕਿ ਖਡੂਰ ਸਾਹਿਬ ਤੋਂ ਸ਼ੁਰੂ ਹੋਈ ਸੀ ਅਤੇ ਉਸ ਲਹਿਰ ਦੇ ਵਿੱਚ ਸਰਬਜੀਤ ਸਿੰਘ ਖਾਲਸਾ ਦੀ ਬੇੜੀ ਵੀ ਪਾਰ ਲੱਗ ਗਈ ਤਾਂ ਉਹ ਜਦੋਂ ਜਾ ਕੇ ਜ਼ਿਕਰ ਕਰਨ ਪੰਥਕ ਚੋਣਾਂ ਨੂੰ ਲੈ ਕੇ ਤਾਂ ਫਿਰ ਉਸਦੀ ਸਿੱਧੀ ਤੁਸੀਂ ਕਹਿ ਸਕਦੇ ਹੋ ਕਨੈਕਸ਼ਨ ਤੁਹਾਡੇ ਨਾਲ ਆ ਕੇ ਜੁੜ ਜਾਂਦਾ ਕਿ ਤੁਹਾਡੇ ਲਈ ਚੁਣੌਤੀ ਬਣ ਰਹੇ ਨੇ। ਗੌਰਵ ਜੀ ਗੱਲ ਇਹ ਆ ਕਿ 1950 ਜਿਹੜਾ 1925 ਗੁਰਦੁਆਰਾ ਐਕਟ ਏ ਜੀ ਜਦੋਂ ਤੋਂ ਉਸਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਜਨਰਲ ਹਾਊਸ ਬਣਦਾ ਰਿਹਾ 1925 ਤੋਂ ਲੈ ਕੇ ਅੱਜ ਤੱਕ 2024 ਤੱਕ ਤੇ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਹੀ ਜਿਹੜਾ ਇਹਦੀ ਨੁਮਾਇੰਦਗੀ ਕਰਦਾ ਰਿਹਾ। ਸ਼੍ਰੋਮਣੀ ਅਕਾਲੀ ਦਲ ਜਿਹੜੇ ਨੁਮਾਇੰਦਿਆਂ ਨੂੰ ਟਿਕਟਾਂ ਦਿੰਦਾ ਉਹ ਅੱਗੇ ਜਾ ਕੇ ਇਸ ਦੇ ਮੈਂਬਰ ਬਣਦੇ ਆ, ਫਿਰ ਉਹਨਾਂ ਦੇ ਵਿੱਚੋਂ ਐਗਜੈਕਟਿਵ ਬਣਦੀ ਹੈ ਤੇ ਪ੍ਰਧਾਨ। ਸੋ ਜਿਹੜੇ ਵੀਰ ਇਲੈਕਸ਼ਨ ਲੜਨਾ ਚਾਹੁੰਦੇ ਨੇ ਉਹਦੇ ਵਿੱਚ ਸਰਦਾਰ ਸਰਬਜੀਤ ਸਿੰਘ ਖਾਲਸਾ ਹੋਣ, ਭਾਈ ਅੰਮ੍ਰਿਤਪਾਲ ਸਿੰਘ ਹੋਣ, ਭਾਈ ਰਣਜੀਤ ਸਿੰਘ ਜਿਹੜੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਜਾਂ ਭਾਈ ਬਲਦੇਵ ਸਿੰਘ ਵਡਾਲਾ ਨੇ ਜਾਂ ਬਹੁਤ ਸਾਰੀਆਂ ਹੋਰ ਪੰਥ ਦੀਆਂ ਸ਼ਖਸੀਅਤਾਂ ਨੇ ਜਿਹੜੀਆਂ ਇਹਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਦੇ ਵਿੱਚ ਹਿੱਸਾ ਲੈਣਾ ਚਾਹੁੰਦੀਆਂ ਨੇ। ਇਹ ਇੱਕ ਚੰਗੀ ਗੱਲ ਏ ਕਿਉਂਕਿ ਨਰੋਲ ਜਿਹੜੀਆਂ ਧਾਰਮਿਕ ਚੋਣਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਉਸ ਦੇ ਵਿੱਚ ਇੱਕ ਮਜ਼ਬੂਤ ਓਪੋਜੀਸ਼ਨ ਵੀ ਹੋਣੀ ਚਾਹੀਦੀ ਏ ਤੇ ਮਜ਼ਬੂਤ ਧਿਰ ਵੀ ਹੋਣੀ ਚਾਹੀਦੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਸੁਚਾਰੂ ਢੰਗ ਨਾਲ ਚਲਾ ਸਕੇ, ਜਿਵੇਂ ਕਿ ਮੌਜੂਦਾ ਸਮੇਂ ਦੇ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀਆਂ ਆਪਣੀਆਂ ਸੇਵਾਵਾਂ ਹਰ ਖੇਤਰ ਦੇ ਵਿੱਚ ਨਿਭਾ ਰਹੀ ਏ। ਸੋ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਕੋਈ ਸਾਹਮਣੇ ਇਲੈਕਸ਼ਨ ਲੜਦਾ ਤੇ ਬਹੁਤ ਚੰਗੀ ਗੱਲ ਏ, ਇਹ ਡੈਮੋਕ੍ਰੈਟਿਕ ਹੱਕ ਏ। ਪੀਰ ਮੁਹੰਮਦ ਸਾਹਿਬ ਤੁਹਾਡੇ ਤੋਂ ਤੁਸੀਂ ਜ਼ਿਕਰ ਕਰ ਦਿੱਤਾ ਕਿ ਆਪੋਜੀਸ਼ਨ ਮਜ਼ਬੂਤ ਹੋਣੀ ਚਾਹੀਦੀ ਹੈ, ਮਤਲਬ ਮੈਂ ਤੁਹਾਡੇ ਬਿਆਨ ਤੋਂ ਵੀ ਸਮਝ ਰਿਹਾ ਜਿਹੜਾ ਇੱਕ ਤਰੀਕੇ ਨਾਲ ਤੁਸੀਂ ਬਲਵਿੰਦਰ ਜੀ ਨੂੰ ਕਹਿਣ ਦੀ ਕੋਸ਼ਿਸ਼ ਕਰ ਰਹੇ ਕਿ ਆਓ ਲੜੋ, ਕੋਈ ਦਿੱਕਤ ਨਹੀਂ, ਆਪੋਜੀਸ਼ਨ ਚ ਆ ਕੇ ਬੈਠ ਜਾਓ। ਨਹੀਂ ਨਹੀਂ ਵੇਖੋ, ਆਪੋਜੀਸ਼ਨ ਦੇ ਵਿੱਚ ਇਹ ਆ ਡੈਮੋਕ੍ਰੇਸੀ, ਇਹਦੇ ਵਿੱਚ ਆਪੋਜੀਸ਼ਨ ਚ ਅਸੀਂ ਵੀ ਆ ਸਕਦੇ ਹਾਂ, ਇਹ ਵੀ ਆ ਸਕਦੇ ਆ, ਪਰ ਵੇਖੋ ਜਿਹੜੀ ਸਾਰੇ ਪੰਥ ਦੇ ਲੋਕ ਹੀ ਨੇ ਨਾ, ਇਹ ਕੋਈ ਬਾਹਰੋਂ ਤਾਂ ਕਿਤੇ ਆ ਨਹੀਂ ਗਏ, ਇਹ ਸਾਡੀ ਕੌਮ ਦੇ ਹੀ ਲੋਕ ਨੇ ਔਰ ਕੁਰਬਾਨੀਆਂ ਵਾਲੇ ਨੇ, ਹਰ ਇੱਕ ਦੀ ਕੁਰਬਾਨੀ ਦਾ ਆਪਣਾ ਇੱਕ ਜਜ਼ਬਾ ਹੈ ਤੇ ਉਸ ਜਜ਼ਬੇ ਨੂੰ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਏ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਥੇ ਗੁਰਦੁਆਰਿਆਂ ਦਾ ਸੁਚਾਰੂ ਪ੍ਰਬੰਧ ਚਲਾਉਂਦੀ ਏ, ਜਿੱਥੇ ਨਾਲ ਇਹ ਆਪਣੇ ਵਿਦਿਅਕ ਅਦਾਰੇ ਚਲਾਉਂਦੀ ਏ, ਉੱਥੇ ਨਾਲ ਜਿਹੜੇ ਸਿਹਤ ਸਹੂਲਤਾਂ ਲਈ ਹੋਸਪਿਟਲ ਚਲਾਉਂਦੀ ਏ, ਉੱਥੇ ਹੁਣ ਨਾਲ ਦੀ ਨਾਲ ਜਿਹੜੇ ਤੁਸੀਂ ਦੇਖਿਆ ਹੋਵੇਗਾ ਕਿ UPSC ਤੇ PPSC ਦੇ ਜਿਹੜੇ ਐਗਜ਼ਾਮ ਨੇ ਉਹਨਾਂ ਦੇ ਵਿੱਚ ਜਿਹੜੇ IPS IAS ਡਾਕਟਰ ਇੰਜੀਨੀਅਰ ਫਿਰ ਇਸੇ ਤਰ੍ਹਾਂ ਜਿਹੜੇ ਸਾਡੇ PCS ਜਿਹੜੇ ਬਣਦੇ ਨੇ ਉਹਨਾਂ ਦੇ ਲਈ ਵੀ ਜਿਹੜਾ ਬੜੇ ਹੀ ਵਧੀਆ ਢੰਗ ਦੇ ਨਾਲ ਪਿਛਲੇ ਦਿਨਾਂ ਤੋਂ ਜਿਹੜੀਆਂ ਬਕਾਇਦਾ ਅਕੈਡਮੀਆਂ ਖੋਲੀਆਂ ਗਈਆਂ ਨੇ ਜਿੱਥੇ ਬਕਾਇਦਾ ਟ੍ਰੇਨਿੰਗ ਦਿੱਤੀ ਜਾਂਦੀ ਹੈ ਉਹਨਾਂ ਬੱਚਿਆਂ ਨੂੰ ਜਿਹੜੇ ਅੱਗੇ ਜਾ ਕੇ ਸਾਡੀ ਕੌਮ ਦਾ ਭਵਿੱਖ ਬਣਨਗੇ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਏ ਤੇ ਸਿੱਖ ਕੌਮ ਦੀ ਭਾਵਨਾਵਾਂ ਅਨੁਸਾਰ ਜਿਹੜਾ ਵੀ ਅੰਮ੍ਰਿਤਧਾਰੀ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਿਸ਼ਵਾਸ ਰੱਖਦਾ ਹੈ ਦਸਾਂ ਗੁਰੂਆਂ ਦੀ, ਠੀਕ ਹੈ ਤੁਹਾਡੀ ਇਸ ਗੱਲ ਦੇ ਨਹੀਂ, ਠੀਕ ਹੈ ਤੁਹਾਡੀ ਗੱਲ ਠੀਕ ਹੈ, ਪਰ ਗੱਲ ਇਹ ਹੈ ਕਿ ਆਪੋਜੀਸ਼ਨ ਦੇ ਵਿੱਚ ਬੈਠਣਾ ਤਾਂ ਕਿਸੇ ਨੂੰ ਵੀ ਚੰਗਾ ਨਹੀਂ ਲੱਗਦਾ, ਹਰ ਕੋਈ ਚਾਹੁੰਦਾ ਹੈ ਕਿ ਦੂਜੇ ਪਾਸੇ ਕੁਰਸੀ ਵਾਲੇ ਪਾਸੇ ਅਸੀਂ ਹੋਈਏ। ਚਲੋ ਮੈਂ ਤੁਹਾਨੂੰ ਵਾਪਸ ਸੰਗਤ ਨੇ ਫੈਸਲਾ ਕਰਨਾ ਜੀ, ਨਹੀਂ ਉਹ ਤਾਂ ਬਿਲਕੁਲ ਉਸ ਦੇ ਵਿੱਚ ਤਾਂ ਕੋਈ ਦੋ ਰਾਏ ਨਹੀਂ ਹੈ ਕਿਉਂਕਿ ਵੋਟਾਂ ਪੈਂਦੀਆਂ ਨੇ, ਵੋਟਾਂ ਪੈ ਕੇ ਹੁਣ ਸੰਗਤ ਹੀ ਫੈਸਲਾ ਕਰੇਗੀ। ਚਲੋ ਮੈਂ ਤੁਹਾਡੇ ਕੋਲ ਵਾਪਸ ਆਉਣਾ, ਸਾਡੇ ਨਾਲ ਕੁਲਦੀਪ ਜੀ ਜੁੜੇ ਹੋਏ ਨੇ, ਸਿੱਖ ਸਕਾਲਰ ਨੇ, ਸਿੱਖ ਬੁੱਧੀਜੀਵੀ ਨੇ। ਕੁਲਦੀਪ ਜੀ, ਇਸ ਪੂਰੇ ਫੈਸਲੇ ਨੂੰ ਕਿਸ ਤਰੀਕੇ ਨਾਲ ਦੇਖ ਰਹੇ? ਇਨਫੈਕਟ ਆਪਾਂ ਇੱਕ ਵਾਰ ਪਹਿਲਾਂ ਵੀ ਇਸ ਪੂਰੇ ਮੁੱਦੇ ਉੱਤੇ ਜਿਸ ਦਿਨ ਅੰਮ੍ਰਿਤਪਾਲ ਦੇ ਪਿਤਾ ਦੇ ਵੱਲੋਂ ਸਟੇਟਮੈਂਟ ਦਿੱਤੀ ਗਈ ਸੀ, ਤੁਸੀਂ ਉਸ ਦਿਨ ਬਹੁਤ ਕਿਹਾ ਕਿ ਮੈਨੂੰ ਯਾਦ ਹੈ ਤੁਸੀਂ ਸਟੂਡੀਓ ਆਏ ਹੋਏ ਸੀ, ਤੁਸੀਂ ਜ਼ਿਕਰ ਕਰ ਰਹੇ ਸੀ ਕਿ ਇਹ ਗਲਤ ਟਾਈਮ ਦੇ ਉੱਤੇ ਦਿੱਤਾ ਗਿਆ ਬਿਆਨ ਹੈ ਕਿ ਪੂਰੇ ਮਾਮਲੇ ਨੂੰ ਡੀਰੇਲ ਕਰਨ ਦੀ ਕੋਸ਼ਿਸ਼ ਹੈ।
ਕਿ ਅੱਜ ਸਰਬਜੀਤ ਸਿੰਘ ਖਾਲਸਾ ਦੀ ਸਟੇਟਮੈਂਟ ਤੁਹਾਨੂੰ ਲੱਗਦਾ ਕਿ ਹਾਂ ਹੁਣ ਸਹੀ ਟਰੈਕ ਦੇ ਉੱਤੇ ਹੈ, ਸਹੀ ਸਮਾਂ ਹੈ? ਦੇਖੋ ਗੌਰਵ ਜੀ, ਜਿੱਥੋਂ ਤੱਕ ਤੇ ਇਲੈਕਸ਼ਨ ਲੜਨ ਦੀ ਗੱਲ ਆ, ਜਾਂ SGPC ਦੀ ਹੋਵੇ ਜਾਂ ਵਿਧਾਨ ਸਭਾ ਦੀ ਹੋਵੇ, ਉਹ ਤੇ ਹਰ ਇੱਕ ਨੂੰ ਹੱਕ ਆ। ਜੇ ਸਰਦਾਰ ਸਰਬਜੀਤ ਸਿੰਘ ਖਾਲਸਾ ਹੋਣਾ ਨੇ ਬਿਆਨ ਦਿੱਤਾ ਤੋ ਇਹਦੇ ਕੁਛ ਗਲਤ ਨਹੀਂ, ਪਰ ਮਸਲਾ ਤੇ ਇਹ ਆ ਨਾ ਵੀ ਜਿਹੜੇ ਵੀ ਲੋਕ, ਦੇਖੋ ਅਕਾਲੀ ਦਲ ਹੁਣ ਵੀ ਇੱਥੇ ਪੰਜਾਬ ਚ ਬਹੁਤ ਆ, ਇੱਥੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿਹਨਾਂ ਦੇ ਅੱਗੇ ਬਾਦਲ ਲੱਗਦਾ ਉਹ ਵੀ ਆ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਦਲ ਵੀ ਆ, ਸ਼੍ਰੋਮਣੀ ਅਕਾਲੀ ਦਲ 1920 ਵੀ ਆ, ਸ਼੍ਰੋਮਣੀ ਅਕਾਲੀ ਦਲ ਸੁਤੰਤਰ ਵੀ ਆ। ਤੋ ਮੇਰੇ ਹਿਸਾਬ ਨਾਲ ਜੇ ਆਪਾਂ ਗਿਣਨ ਲੱਗੀਏ ਤੇ ਬੜੀ ਲੰਮੀ ਹੁੰਦੀ। ਬਿਲਕੁਲ, ਮਸਲਾ ਤੇ ਇਹ ਆ ਵੀ ਇੰਨੇ ਅਕਾਲੀ ਦਲ ਬਣਾਉਣ ਤੋਂ ਬਾਅਦ ਵੀ ਅੱਜ ਸਿੱਖਾਂ ਦੀ ਹੈਸੀਅਤ ਕਿੱਥੇ ਖੜੀ? ਜੇ ਪੰਜਾਬ ਦੇ ਵਿੱਚ ਆਪਾਂ ਰਾਜਸੀ ਤੌਰ ਤੇ ਦੇਖੀਏ ਤਾਂ ਰਾਜਸੀ ਤੌਰ ਤੇ ਜਿੰਨੇ ਵੀ ਇਹ ਸ਼੍ਰੋਮਣੀ ਅਕਾਲੀ ਦਲ ਆ, ਇਹ ਮਿਲ ਕੇ ਇਹਨਾਂ ਦੇ ਕੋਲ ਕਿੰਨੀਆਂ ਸੀਟਾਂ, ਇਹ ਪੰਜਾਬ ਦੇ ਵਿੱਚ ਰਾਜ ਸੱਤਾ ਚ ਕਿੱਥੇ ਕੁ ਖੜੇ ਆ? ਦੇਖੋ ਗੱਲ ਬੜੀ ਸਿੱਧੀ ਤੇ ਸਪਸ਼ਟ ਆ, 1966 ਦੇ ਵਿੱਚ ਜਿਹੜਾ ਇਹ ਨਵਾਂ ਪੰਜਾਬੀ ਸੂਬਾ ਹੋਂਦ ਦੇ ਵਿੱਚ ਆਇਆ ਔਰ ਇਹਦੇ ਤੋਂ ਪਹਿਲਾਂ ਬਣੀਆਂ ਸਾਡੀਆਂ ਸ਼ਹਾਦਤਾਂ, ਉਹਦੇ ਤੋਂ ਬਾਅਦ ਲਗਾਤਾਰ ਅਸੀਂ ਪੰਜਾਬ ਦੇ ਵਿੱਚ ਨਾ ਗਿਣਤੀ ਦੇ ਪੱਖੋਂ ਘੱਟ ਰਹੇ, ਤੇ ਜਿਹੜਾ ਸੁਪਨਾ ਲਿਆ ਸੀ ਉਹ ਤੇ ਪੂਰਾ ਹੀ ਨਹੀਂ ਹੋਣਾ। ਫਿਰ ਹੁਣ ਜਿਹੜੇ ਇਹ ਅਕਾਲੀ ਦਲ ਆ, ਇਹ ਅਕਾਲੀ ਦਲ ਜਿੰਨੇ ਵੀ ਆ, ਇਹ ਜਾਂ ਤੇ ਏਜੰਡੇ ਤੇ ਆਉਣ। ਅਕਾਲੀ ਦਲ ਦਾ ਤੇ ਮਤਲਬ ਹੀ ਆ ਸਿੱਖ ਪੰਥ ਦੀ ਪਹਿਰੇਦਾਰੀ, ਸਿੱਖ ਹਿੱਤਾਂ ਦੀ ਪਹਿਰੇਦਾਰੀ ਤੇ ਪੰਜਾਬ ਦੇ ਹਿੱਤਾਂ ਦੀ ਪਹਿਰੇਦਾਰੀ। ਜੇ ਦੇਖੋ ਪਹਿਰੇਦਾਰੀ ਕਰਨ ਤੋਂ ਰੋਕਦਾ ਵੀ ਕੋਈ ਨਹੀਂ, ਅੱਜ ਵੀ ਪੰਜਾਬ ਦੇ ਵਿੱਚ ਜਦੋਂ ਅਕਾਲੀ ਦਲ ਬਣਿਆ ਵਾ ਜੀ, ਉਹ ਵੇਲੇ ਕਿੱਦਾਂ ਬਣ ਗਿਆ ਅਕਾਲੀ ਦਲ? ਏਦਾਂ ਤੇ ਨਹੀਂ ਬਣ ਗਿਆ। ਥੋੜੇ ਥੋੜੇ ਹੋਰ ਸਪਸ਼ਟ ਸ਼ਬਦਾਂ ਚ ਤੁਹਾਡੀ ਮੈਂ ਗੱਲ ਸਮਝ ਰਿਹਾ, ਪਰ ਜਿਹੜੇ ਤੁਹਾਨੂੰ ਪੰਥਕ ਸਿਆਸਤ ਜਾਂ ਫਿਰ ਸਿੱਖ ਭਾਈਚਾਰੇ ਨਾਲ ਜੁੜੇ ਲੋਕ ਨੇ ਕੁਲਦੀਪ ਜੀ, ਉਹ ਸੁਣ ਰਹੇ ਹੋਣਗੇ, ਤੁਸੀਂ ਕਹਿ ਰਹੇ ਹੋ ਕਿ ਪੰਥਕ ਮੁੱਦਿਆਂ ਦੇ ਉੱਤੇ ਆ ਕੇ ਖੜਨ, ਇਹਦਾ ਮਤਲਬ ਕੀ ਹੈ ਕਿ ਜਿਹੜਾ ਅਕਾਲੀ ਦਲ ਹੈ ਉਹ ਰਾਜਸੀ ਵਾਲੇ ਪਾਸੇ, ਸੱਤਾ ਵਾਲੇ ਪਾਸੇ ਤੋਂ ਥੋੜਾ ਜਿਹਾ ਕਿਨਾਰਾ ਕਰੇ, ਪੰਥਕ ਸਿਆਸਤ ਵਾਲੇ ਫੋਕਸ ਕਰੇ? ਦੇਖੋ ਜੀ, ਸਾਡੇ ਆ ਮੇਰੀ ਪੀਰੀ ਦਾ ਸਿਧਾਂਤ ਜੀ, ਗੱਲ ਤੇ ਇੱਥੇ ਪਹਿਲਾਂ ਧਰਮ ਦੀ ਆ ਫਿਰ ਰਾਜਨੀਤੀ ਦੀ ਆ, ਗੱਲਾਂ ਤੇ ਇਹ ਦੋਵੇਂ ਚੱਲਣੀਆਂ, ਅਸੀਂ ਦੋਵੇਂ ਛੱਡ ਨਹੀਂ ਸਕਦੇ। ਸਾਡੇ ਦੋ ਨਿਸ਼ਾਨ ਸਾਹਿਬ ਸ੍ਰੀ ਖਾਲਸਾ ਸਾਹਿਬ ਲੱਗੇ ਹੋਏ ਆ ਜੀ, ਉਹ ਸਿੱਖ ਰਾਜ ਦੀ ਤਾਕਤ ਦੇ ਹੀ ਪ੍ਰਤੀਕ ਆ ਤੇ ਧਾਰਮਿਕਤਾ ਦੇ ਵੀ ਪ੍ਰਤੀਕ ਆ, ਧਰਮ ਦੇ ਵੀ ਪ੍ਰਤੀਕ। ਮਸਲਾ ਜਿਹੜਾ ਮੈਂ ਕਹਿ ਰਿਹਾ ਨਾ, ਮੈਂ ਇਹ ਗੱਲ ਕਹਿ ਰਿਹਾ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਬਣਿਆ ਵਾ 1920 ਦੇ ਵਿੱਚ ਜੀ, ਉਹ ਇੱਕਦਮ ਨਹੀਂ ਬਣ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਪਿੱਛੇ ਜਿਹੜੀ ਘਾਲਣਾ ਵਾ, ਜਿਹੜੇ ਸੱਜਣ ਅੱਜ ਅਕਾਲੀ ਦਲ ਬਣਾਉਣ ਦੀਆਂ ਗੱਲਾਂ ਕਰਦੇ, ਜ਼ਰੂਰ ਬਣਾਉਣ, ਪਰ ਉਹ ਨਾ ਆਪਣੇ ਥੋੜਾ ਜਿਹਾ ਇਤਿਹਾਸ ਨੂੰ ਪੜ੍ਹ ਲੈਣ ਤੇ ਉਹਨਾਂ ਮੁੱਦਿਆਂ ਤੇ ਜ਼ਰੂਰ ਆਓ। ਜਦੋਂ ਸ਼੍ਰੋਮਣੀ ਅਕਾਲੀ ਦਲ ਬਣਿਆ ਉਹਦੇ ਤੋਂ ਪਹਿਲਾਂ ਸਿੰਘ ਸਭਾ ਲਹਿਰ ਚੱਲੀ ਔਰ ਉਹਨਾਂ ਨੇ ਵੱਡੇ ਕੰਮ ਕੀਤੇ ਸਿੱਖ ਕੌਮ ਦੇ ਲਈ। ਉਹਦੇ ਤੋਂ ਬਾਅਦ SGPC, SGPC ਦਾ ਹਰਾਵਲ ਦਸਤਾ ਸ਼੍ਰੋਮਣੀ ਅਕਾਲੀ ਦਲ, ਔਰ ਸ਼੍ਰੋਮਣੀ ਅਕਾਲੀ ਦਲ ਨੇ ਪਤਾ ਨੀ ਕਿੰਨੇ ਕੁ ਮੋਰਚੇ ਲਾਏ, ਕਿੰਨੇ ਕੁ ਜਿੱਤੇ ਤੇ ਕਿੰਨੇ ਕੁ ਤਸ਼ੱਦਦ ਝੱਲੇ। ਜਿੰਨਾ ਚਿਰ ਤੱਕ ਸ਼੍ਰੋਮਣੀ ਅਕਾਲੀ ਦਲ ਪੰਥਕ ਤੇ ਪੰਜਾਬ ਦੇ ਮੁੱਦਿਆਂ ਦੇ ਉੱਤੇ ਰਿਹਾ, ਇਹ ਭਾਵੇਂ ਸੱਤਾ ਦੇ ਵਿੱਚ ਹੁੰਦਾ ਸੀ ਜਾਂ ਨਹੀਂ ਹੁੰਦਾ ਸੀ, ਪਰ ਅਕਾਲੀ ਹੋਣਾ ਇੱਕ ਬੜੀ ਮਾਣ ਵਾਲੀ ਗੱਲ ਹੁੰਦੀ ਹੈ, ਇੱਕ ਚੰਗੀ ਗੱਲ ਹੁੰਦੀ ਹੈ, ਕਹਿਣਾ ਇਹ ਅਕਾਲੀ ਹੋ ਜੀ ਪਿੰਡ ਦੇ ਵਿੱਚ। ਹੁਣ ਇਹ ਜਿਹੜੇ ਨਵੇਂ ਦਲ ਬਣਾਉਣ ਦੀ ਗੱਲ ਕਰਦੇ ਜਾਂ ਬਣੇ ਹੋਏ ਆ, ਜੇ ਇਹ ਸਾਰੇ ਪੰਜਾਬ ਦੇ ਪੰਥ ਦੇ ਮੁੱਦਿਆਂ ਤੇ ਆ ਜਾਣ, ਅੱਜ ਥੋੜੇ ਮੁੱਦੇ ਆ ਪੰਜਾਬ ਦੇ ਮੁੱਦਿਆਂ ਦੀ ਲੜਾਈ ਲੜਨ, ਇਹ ਅਕਾਲੀ ਸਟੈਬਲਿਸ਼ ਹੋ ਜਾਣਗੇ। ਪਰ ਮੇਰੇ ਹਿਸਾਬ ਦੇ ਨਾਲ ਜਿੰਨਾ ਚਿਰ ਤੱਕ ਅਸੀਂ ਕੰਮ ਨਹੀਂ ਕਰਦੇ, ਨਹੀਂ ਉਹ ਤਾਂ ਅਕਾਲੀ ਦਲ ਉਹਨਾਂ ਨੇ ਹਜੇ ਨਾਮ ਹੀ ਨਹੀਂ ਲਿਆ। ਕੁਲਦੀਪ ਜੀ, ਤੁਸੀਂ ਪਹਿਲਾਂ ਹੀ ਉਹਨਾਂ ਦੀ ਪਾਰਟੀ ਦਾ ਨਾਮਕਰਨ ਕਰ ਦਿੱਤਾ, ਉਹਨਾਂ ਨੇ ਨਹੀਂ ਕਿਹਾ ਕਿ ਅਸੀਂ ਅਕਾਲੀ ਦਲ ਬਣਾਵਾਂਗੇ, ਨਵੀਂ ਪਾਰਟੀ ਬਣਾਉਣ ਦਾ ਜ਼ਿਕਰ ਹੋਇਆ। ਦੇਖੋ ਜੀ, ਮੈਂ ਐਵੇਂ ਨਹੀਂ ਨਾ ਲੈ ਰਿਹਾ, ਕੱਲ ਮੋਗੇ ਜਿਹੜਾ ਸਰਦਾਰ ਸਾਹਿਬ ਦਾ ਭੋਗ ਪਿਆ ਵਾ, 20ਵੀਂ ਸਦੀ ਦੇ ਮਹਾਨ ਸਿੱਖ
ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਦੇ ਭਰਾ ਜੀ ਦਾ ਭੋਗ ਹੀ, ਉਹਨਾਂ ਦੇ ਵੀਰ ਜੀ ਦਾ ਭੋਗ ਹੀ, ਔਰ ਉਸ ਭੋਗ ਦੇ ਉੱਤੇ ਜਿਹੜੇ ਸਰਦਾਰ ਰਾਜਦੇਵ ਸਿੰਘ ਹੁਣੀ ਆਏ, ਸਰਦਾਰ ਰਾਜਦੇਵ ਸਿੰਘ ਹੁਣਾਂ ਦੀ ਕੋਈ ਸਟੇਟਮੈਂਟ ਸੁਣੋ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਰੋਡੇ ਨੂੰ ਬਣਾਓ, ਨਾਮਕਰਨ ਇਹ ਉੱਥੋਂ ਕਰ ਚੁੱਕੇ ਆ, ਇਹਦੇ ਚ ਕੋਈ ਦੋਹਰਾਵਾ ਹੀ ਨੀ। ਔਰ ਮੈਂ ਕਹਿੰਦਾ ਚੰਗੀ ਗੱਲ ਆ, ਇਹ ਸਾਰੇ ਜਾਣੇ ਵੱਧ ਚੜ ਕੇ ਪੰਜਾਬ ਤੇ ਪੰਥ ਦੇ ਮੁੱਦਿਆਂ ਦੇ ਉੱਤੇ ਲੜਨ ਬੜੇ ਮੁੱਦੇ ਪਏ ਆ, ਪਰੰਤੂ ਹੈ ਇਹ ਜ਼ਰੂਰੀ ਤਾਂ ਨਹੀਂ ਕਿ ਪੰਜਾਬ ਦੀ ਗੱਲ ਕਰਨੀ ਹੈ ਤਾਂ ਤੁਸੀਂ ਨਵੀਂ ਪਾਰਟੀ ਨਾ ਬਣਾਓ। ਬਿਲਕੁਲ ਜੀ, ਕੋਈ ਕਿੰਤੂ ਪਰੰਤੂ ਨਹੀਂ, ਪਰ ਨੰਗੇ ਧੜ ਪੰਜਾਬ ਤੇ ਪੰਥ ਦੇ ਮੁੱਦਿਆਂ ਦੀ ਗੱਲ ਠੀਕ ਹੈ। ਚਲੋ ਉਹ ਤਾਂ ਮੈਂ ਸਵਾਲ ਲੈਣਾ ਨਾ, ਮੈਨੂੰ ਲੱਗਦਾ ਬਲਵਿੰਦਰ ਜੀ ਤੱਕ ਤੁਹਾਡੀ ਵੀ ਆਵਾਜ਼ ਪਹੁੰਚ ਰਹੀ ਹੋਣੀ ਹੈ, ਮੈਂ ਵੀ ਉਹਨਾਂ ਦਾ ਸਵਾਲ ਪੁੱਛਣ ਦੀ ਕੋਸ਼ਿਸ਼ ਕਰਾਂਗਾ। ਬਲਵਿੰਦਰ ਜੀ, ਤੁਸੀਂ ਕੁਲਦੀਪ ਜੀ ਦੀ ਗੱਲ ਸੁਣੀ ਹੋਣੀ ਹੈ, ਮੇਰਾ ਇਸ ਵਿਚਾਲੇ ਸਵਾਲ ਇਹ ਹੈ ਕਿ ਬਹੁਤ ਸਾਰੇ ਲੋਕਾਂ ਦੇ ਜ਼ਹਿਨ 'ਚ ਹੋਏਗਾ, ਆਲਰੇਡੀ ਬਹੁਤ ਸਾਰੇ ਅਕਾਲੀ ਦਲ ਨੇ, ਬਹੁਤ ਸਾਰੀ ਲੰਬੀ ਲਿਸਟ ਗਣਵਾ ਦਿੱਤੀ, ਸ਼੍ਰੋਮਣੀ ਅਕਾਲੀ ਦਲ ਮੌਜੂਦਾ ਸਮੇਂ ਜਿਹੜੀ ਪਾਰਟੀ ਹੈ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈਗੀ ਹੈ, ਸ਼੍ਰੋਮਣੀ ਅਕਾਲੀ ਦਲ 1920, ਸ਼੍ਰੋਮਣੀ ਅਕਾਲੀ ਦਲ ਯੂਨਾਈਟਿਡ, ਸ਼੍ਰੋਮਣੀ ਅਕਾਲੀ ਦਲ ਸੰਯੁਕਤ, ਇਸ ਤਰੀਕੇ ਨਾਲ ਬਹੁਤ ਸਾਰੇ ਨਾਮ ਲੱਗੇ ਨੇ, ਤੁਸੀਂ ਇੱਕ ਹੋਰ ਨਵਾਂ ਸ਼੍ਰੋਮਣੀ ਅਕਾਲੀ ਦਲ ਬਣਾਉਣ ਦੀ ਸੋਚ ਰਹੇ ਹੋ? ਜਿਵੇਂ ਕੁਲਦੀਪ ਜੀ ਨੇ ਹੁਣੇ ਕਿਹਾ ਨਾ ਕਿ ਤੁਸੀਂ ਕੌਮ ਲਈ ਕੁਝ, ਪਹਿਲਾਂ ਅਕਾਲੀ ਦਲ ਸਥਾਪਿਤ ਹੋਣ ਤੋਂ ਪਹਿਲਾਂ ਇੱਕ ਅਕਾਲੀ ਲਹਿਰ ਚੱਲੀ ਸੀ, ਇਹਨਾਂ ਨੇ ਕਿਹਾ ਠੀਕ ਠੀਕ ਇਹ ਠੀਕ ਦਿਸ਼ਾ ਵੱਲ ਜਾ ਰਹੇ ਆ ਜੀ। ਜਿਸ ਮਨੁੱਖ ਨੇ, ਭਾਈ ਸਰਬਜੀਤ ਸਿੰਘ ਖਾਲਸਾ ਨੇ ਇੱਕ ਅਕਾਲੀ ਸਿਧਾਂਤ ਨੂੰ ਇਕੱਠੇ ਕਰਨ ਦੀ ਜਾਂ ਪੰਥ ਅਤੇ ਪੰਜਾਬ ਲਈ ਇੱਕ ਸਾਰਿਆਂ ਨੂੰ ਜਥੇਬੰਦ ਕਰਨ ਦੀ ਗੱਲ ਕੀਤੀ ਹੈ, ਉਹਦੇ ਬਾਪ ਸ਼ਹੀਦ ਭਾਈ ਬੇਅੰਤ ਸਿੰਘ ਨੇ ਕੌਮ ਲਈ ਇਤਿਹਾਸਕ ਕੰਮ ਕੀਤਾ, ਇਸ ਤੋਂ ਵੱਡਾ ਕੀ ਹੋ ਸਕਦਾ? ਜੇ ਉਸ ਸ਼ਹੀਦ ਦਾ ਪੁੱਤ ਸਿੱਖ ਕੌਮ ਦੀ ਭਾਵਨਾ ਮੁਤਾਬਕ ਇਹ ਗੱਲ ਕਰਦਾ ਕਿ ਪੂਰੀ ਕੌਮ ਦੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਸਿੱਖਾਂ ਨੂੰ ਅਸੀਂ ਇੱਕ ਜਥੇਬੰਦਕ ਤੌਰ ਤੇ ਇਕੱਠੇ ਕਰਕੇ ਜਿਹੜੀ ਹੈ ਕੌਮ ਅਤੇ ਪੰਜਾਬ ਦੀ ਲੜਾਈ ਲੜਾਂਗੇ, ਉਹਦੇ ਚ ਕੀ ਇਤਰਾਜ ਆ ਕਿਸੇ ਨੂੰ? ਕੋਈ ਇਤਰਾਜ ਨੀ ਚਾਹੀਦਾ ਜੀ। ਉਦੋਂ ਪਹਿਲਾਂ ਮੈਂ ਪੀਰ ਮੁਹੰਮਦ ਸਾਹਿਬ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੁਮਾਇੰਦਗੀ ਕਰਦਾ ਰਿਹਾ, ਸ਼੍ਰੋਮਣੀ ਅਕਾਲੀ ਦਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਸਤੇ ਸਾਰਾ ਤਿਆਰ ਕਰਦਾ ਰਿਹਾ ਤੇ ਇੱਥੇ ਇਹ ਗੱਲ ਪੀਰ ਮੁਹੰਮਦ ਸਾਹਿਬ ਤੁਸੀਂ ਭੁੱਲ ਰਹੇ ਹੈ ਕਿ ਤੁਸੀਂ ਇੱਕ ਧੜੇ ਨੂੰ, ਇੱਕ ਪਰਿਵਾਰ ਨੂੰ ਅਕਾਲੀ ਨਾ ਸਮਝੋ, ਬਰਾਏ ਮਿਹਰਬਾਨੀ ਤੁਸੀਂ ਅਕਾਲੀ ਸਿਧਾਂਤ ਨੂੰ ਪਰਨਾਏ ਹੋਵੋ, ਤੁਸੀਂ ਅਕਾਲੀ ਸਿਧਾਂਤ ਨੂੰ ਅਕਾਲੀ ਦਲ ਨੂੰ ਬਚਾਉਣ ਵਾਸਤੇ ਜੇ ਲੜਾਈ ਲੜਦੇ ਤੇ ਵਧੀਆ ਸੀ। ਆ ਪਿਛਲੇ ਦਿਨੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਇਕੱਠ ਹੋਇਆ, ਉਹ ਸਾਰਾ ਇਕੱਠ ਇੱਕ ਪਰਿਵਾਰ ਨੂੰ, ਸੁਖਬੀਰ ਨੂੰ ਬਚਾਉਣ ਵਾਸਤੇ ਹੋਇਆ, ਬਲਕਿ ਅਕਾਲੀ ਦਲ ਨੂੰ ਬਚਾਉਣ ਵਾਸਤੇ ਨਹੀਂ ਹੋਇਆ। ਮੈਂ ਤੁਹਾਡੇ ਜ਼ਰੀਏ ਅਕਾਲ ਤਖ਼ਤ ਸਾਹਿਬ ਦੇ ਮੌਜੂਦਾ ਜਥੇਦਾਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਕਿਰਪਾ ਕਰਕੇ ਇੱਕ ਭ੍ਰਿਸ਼ਟ ਪਰਿਵਾਰ ਨੂੰ, ਇੱਕ ਭ੍ਰਿਸ਼ਟ ਬੰਦੇ ਨੂੰ, ਦੋਸ਼ੀ ਕੌਮ ਦੇ ਬੰਦੇ ਨੂੰ ਬਚਾਉਣ ਵਾਸਤੇ ਅਕਾਲ ਤਖ਼ਤ ਸਾਹਿਬ ਨੂੰ ਨਾ ਵਰਤੋ, ਇਸ ਲਈ ਬੇਨਤੀ ਕਰਦੇ ਹਾਂ। ਦੇਖੋ ਤੁਹਾਡੇ ਐਲੀਗੇਸ਼ਨ ਨੇ ਨਾ, ਜੇ ਤੁਸੀਂ ਭ੍ਰਿਸ਼ਟਾਚਾਰ ਦੇ ਜਾਂ ਕੋਈ ਇਲਜ਼ਾਮ ਲਗਾਉਂਦੇ ਨੇ, ਕੋਈ ਸਾਬਤ ਤਾਂ ਹੋਣਗੇ ਨਾ, ਨਹੀਂ ਇੱਥੇ ਬਲਵਿੰਦਰ ਸਿੰਘ ਰੋਡੇ ਕੋਈ ਇਲਜ਼ਾਮ ਲਗਾ ਦੇਣਗੇ, ਉਹ ਬਿਲਕੁਲ ਤੈਅ ਨਹੀਂ ਨਾ। ਮੈਂ ਗੌਰਵ ਜੀ ਜੀ, ਪੀਰ ਮੁਹੰਮਦ ਸਾਹਿਬ, ਗੌਰਵ ਜੀ ਇਹਨਾਂ ਨੂੰ ਮੈਂ ਜਵਾਬ ਦੇਣਾ ਚਾਹੁੰਦਾ। ਪੀਰ ਮੁਹੰਮਦ ਸਾਹਿਬ ਦੇਖੋ, ਪਹਿਲੀ ਗੱਲ ਤਾਂ ਇਹ ਆ ਕਿ ਇਹ ਭਾਈ ਬਲਵਿੰਦਰ ਸਿੰਘ ਕਹਿ ਰਹੇ ਆ ਜਾਂ ਭਾਈ ਕੁਲਦੀਪ ਸਿੰਘ ਕਹਿ ਰਹੇ ਆ, ਗੱਲ ਜਿਹੜੇ ਅਮਰ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਭਰਾਤਾ ਦੇ ਭੋਗ ਦੇ ਮੌਕੇ ਜਿਹੜਾ ਐਡਵੋਕੇਟ ਰਾਜਦੇਵ ਸਿੰਘ ਏ, ਉਹ ਮੈਂਬਰ ਪਾਰਲੀਮੈਂਟ ਵੀ ਰਹਿ ਚੁੱਕਾ ਹੈ, ਐਡਵੋਕੇਟ ਵੀ ਏ, ਉਸ ਨੇ ਇੱਕ ਬਹੁਤ ਹੀ ਗੈਰ ਪੰਥਕ ਔਰ ਗੈਰ ਮਰਿਆਦਾ ਦੇ ਬਿਲਕੁਲ ਉਲਟ ਬੋਲੀ ਇੱਕ, ਉਹਦਾ ਇਹਨਾਂ ਨੂੰ ਮੌਕੇ ਦੇ ਉੱਤੇ ਸਾਰਿਆਂ ਨੂੰ ਖੰਡਨ ਕਰਨਾ ਚਾਹੀਦਾ ਸੀ, ਇਹਨਾਂ ਨੇ ਨਹੀਂ ਕੀਤਾ। ਉਹਨੇ ਕੀ ਕਿਹਾ ਕਿ ਸ਼ਹੀਦਾਂ ਦੇ ਸਰਤਾਜ
ਜਿਹੜੇ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ, ਵੇਖੋ ਸਿੰਘ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਨੇ, ਪੰਜਵੇਂ ਪਾਤਸ਼ਾਹ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਹੈ, ਸਾਡੇ ਮੌਜੂਦਾ ਸੰਘਰਸ਼ ਦੇ ਜਿੰਨੇ ਵੀ ਸਾਡੇ ਯੋਧੇ ਨੇ ਉਹ ਸਾਡੇ ਲਈ ਬੜੇ ਸਤਿਕਾਰਯੋਗ ਨੇ, ਉਹਨਾਂ ਦੇ ਪਰਿਵਾਰ ਵੀ ਸਾਡੇ ਲਈ ਬੜੇ ਸਤਿਕਾਰਯੋਗ ਨੇ, ਪਰ ਕਿਸੇ ਨੇ ਜਿਸ ਤਰੀਕੇ ਨਾਲ ਕੰਡੈਮ ਹੋ ਸਕਦਾ ਕੀਤਾ ਹੋਵੇ, ਪਰ ਮੀਡੀਆ ਦੇ ਵਿੱਚ ਜੋ ਆਇਆ ਹੈ, ਜੋ ਬੋਲ ਰਿਹਾ ਬੰਦਾ ਰਾਜਦੇਵ ਸਿੰਘ, ਉਹਨੂੰ ਸਖਤੀ ਦੇ ਨਾਲ ਇਸ ਗੱਲ ਦੀ ਮਾਫ਼ੀ ਮੰਗਣੀ ਚਾਹੀਦੀ ਹੈ, ਔਰ ਪੂਰੀ ਕੌਮ ਦੇ ਕੋਲੋਂ ਮਾਫ਼ੀ ਮੰਗਣੀ ਚਾਹੀਦੀ, ਔਰ ਪੰਜ ਸਿੰਘ ਸਾਹਿਬਾਨ ਦੇ ਕੋਲ ਪੇਸ਼ ਹੋ ਕੇ ਮਾਫ਼ੀ ਮੰਗਣੀ ਚਾਹੀਦੀ ਹੈ। ਉਹਨੇ ਇੰਨਾ ਘਟੀਆ ਸ਼ਬਦ ਉਸ ਗੱਲ ਦਾ ਬਲਵਿੰਦਰ ਸਿੰਘ ਜਵਾਬ ਦੇਣ, ਜਵਾਬ ਲੈਣਾ, ਮੈਂ ਜਵਾਬ ਲੈਣਾ, ਥੋੜਾ ਛੋਟਾ ਜਵਾਬ ਰੱਖਿਓ ਇਸ ਸਭ ਦੇ ਵਿਚਾਲੇ। ਸਾਡੇ ਨਾਲ ਚਰਨਜੀਤ ਸਿੰਘ ਭਿੰਦਰ ਜੀ ਜੁੜ ਚੁੱਕੇ ਨੇ, ਅੰਮ੍ਰਿਤਪਾਲ ਦੇ, ਅੰਮ੍ਰਿਤਪਾਲ ਸਿੰਘ ਦੇ ਸਮਰਥਕ ਨੇ। ਚਰਨਜੀਤ ਜੀ ਬਹੁਤ ਬਹੁਤ ਸਵਾਗਤ ਹੈ, ਮੈਂ ਤੁਹਾਡੇ ਕੋਲ ਆਉਂਦਾ, ਉਸ ਤੋਂ ਪਹਿਲਾਂ ਇੱਕ ਵਾਰੀ ਬਲਵਿੰਦਰ ਜੀ ਦਾ ਰਿਐਕਸ਼ਨ ਇੱਥੇ ਜ਼ਰੂਰੀ ਹੈ। ਬਲਵਿੰਦਰ ਜੀ ਨਹੀਂ, ਉਹ ਠੀਕ ਕਿਹਾ ਕਰਨੈਲ ਸਿੰਘ ਪੀਰ ਮੁਹੰਮਦ ਨੇ, ਉਹਨਾਂ ਦੀ ਜਵਾਨ ਫਿਸਲ ਗਈ ਹੋਣੀ, ਅਸੀਂ ਇਸ ਗੱਲ ਦੇ ਹੱਕ ਚ ਹਾਂ। ਆਪਾਂ ਮੇਰੀ ਗੱਲ ਸੁਣੋ, ਇਹ ਜ਼ਬਾਨ ਕਿਸੇ ਹੋਰ ਦੀ ਫਿਸਲੇ, ਆਪਾਂ ਉਹਨੂੰ ਕਹਿੰਦੇ ਕਿ ਉਹ ਕੌਮ ਦਾ ਗਦਾਰ ਏ, ਤੇ ਜੇ ਇੱਕ ਸਮਝਦਾਰ ਬੰਦਾ ਜਿਹੜਾ ਪੜ੍ਹਿਆ ਲਿਖਿਆ ਔਰ ਐਡਵੋਕੇਟ ਏ, ਜਿਹੜਾ ਮੈਂਬਰ ਪਾਰਲੀਮੈਂਟ ਰਹਿ ਚੁੱਕਾ ਔਰ ਕੌਮ ਨੇ ਉਸ ਵਕਤ ਬਾਬਾ ਜਗਿੰਦਰ ਸਿੰਘ ਜੀ ਨੇ ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਲਗਾਤਾਰ ਜਿਹੜੀ ਕੰਪੇਨ ਕਰਕੇ ਉਹ ਉਹਨਾਂ ਨੂੰ ਸੰਗਰੂਰ ਤੋਂ ਜਿਤਾਇਆ, ਤੇ ਉਹਨਾਂ ਨੂੰ ਇੰਨੀ ਵੀ ਸਮਝ ਨਹੀਂ ਹੈਗੀ ਕਿ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਦੇ ਨਾਲ ਉਹ ਜੋੜ ਰਿਹਾ। ਅੱਜ ਵਿਅਕਤੀਗਤ ਦਾ ਤੌਰ ਤੇ ਭਾਈ ਜਸਵੀਰ ਸਿੰਘ ਜੀ ਰੋਡੇ ਬਹੁਤ ਸਤਿਕਾਰਯੋਗ ਨੇ, ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਰਹੇ ਨੇ, ਪਰ ਉਹਨਾਂ ਦੀ ਸ਼ਖਸੀਅਤ ਦੇ ਉੱਤੇ ਵੀ ਉਹਨਾਂ ਨੇ ਦਾਗ ਲਾ ਦਿੱਤਾ। ਇਹ ਜਿਹੜਾ ਬੇਸਿਕਲੀ ਤੁਸੀਂ ਇਹ ਪੀਰ ਮੁਹੰਮਦ ਸਾਹਿਬ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਜੇ ਇੱਕ ਇੱਕ ਸੈਕਿੰਡ ਬਲਵਿੰਦਰ ਜੀ, ਮੈਂ ਥੋੜਾ ਹੋਰ ਰਿਫਾਈਨ ਕਰ ਦਿੰਦਾ, ਮੈਂ ਸਿੱਧੇ ਸ਼ਬਦਾਂ ਚ ਸਵਾਲ ਕਰ ਦਿੰਦਾ। ਬੇਸਿਕਲੀ ਪੀਰ ਮੁਹੰਮਦ ਸਾਹਿਬ ਇਹ ਕਹਿਣਾ ਚਾਹ ਰਹੇ ਨੇ ਕਿ ਜੇ ਇਹੀ ਗੱਲ ਕਿਸੇ ਅਕਾਲੀ ਦਲ ਦੇ ਮੌਜੂਦਾ ਅਕਾਲੀ ਦਲ ਦੇ ਵੱਡੇ ਲੀਡਰ ਨੇ ਕਹਿ ਦਿੱਤੀ ਹੁੰਦੀ ਤਾਂ ਫਿਰ ਤੁਸੀਂ ਉਸਨੂੰ ਇਸ਼ੂ ਬਣਾ ਲੈਣਾ ਸੀ, ਤੁਸੀਂ ਕਹਿਣਾ ਸੀ ਕਿ ਨਹੀਂ ਜੀ ਇਹ ਤਾਂ ਬਹੁਤ ਵੱਡੀ ਗੱਲ ਕਰ ਦਿੱਤੀ, ਜਿਵੇਂ ਕਹਿ ਪੀਰ ਮੁਹੰਮਦ ਸਾਹਿਬ ਕਹਿ ਰਹੇ ਨੇ ਕਿ ਉਹਨੂੰ ਕੌਮ ਦਾ ਗੱਦਾਰ ਐਲਾਨ ਦੇਣਾ ਸੀ। ਅੱਜ ਜੇ ਤੁਹਾਡੇ ਧੜੇ ਦੇ ਵਿੱਚ ਤੁਹਾਡੇ ਕਿਸੇ ਸਮਰਥਕ ਦੇ ਵੱਲੋਂ ਗੱਲ ਕਹੀ ਗਈ ਹੈ, ਤੁਹਾਨੂੰ ਲੱਗਦਾ ਹੈ ਕਿ ਜ਼ਮਾਨਤ ਲੱਗ ਗਈ? ਨਹੀਂ, ਤੁਸੀਂ ਹੁਣ ਵਿਸ਼ਾ ਉਹ ਜਿਹਾ ਛੇੜ ਲਿਆ, ਵੇਖੋ ਗੱਲ ਆਪਾਂ ਹੋਰ ਪਾਸੇ ਨੂੰ ਲਿਜਾਣੀ ਸੀ। ਬਲਵਿੰਦਰ ਜੀ ਤੁਹਾਡੀ ਗੱਲ ਠੀਕ ਹੈ, ਉਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਆਪਾਂ ਬਿਲਕੁਲ ਇਸ਼ੂ ਤੋਂ ਭਟਕ ਕੇ ਹੋਰ ਪਾਸੇ ਚਲੇ ਜਾਵਾਂਗੇ, ਪਰ ਤੁਸੀਂ ਇੱਥੇ ਗੱਲ ਨੂੰ ਕੰਪਲੀਟ ਕਰ ਦਿਓ ਕਿ ਤੁਸੀਂ ਉਸਦੇ ਉੱਤੇ ਸਟੈਂਡ ਕੀ ਰੱਖਦੇ ਹੋ। ਭਟਕੋ ਨਾ, ਅਸੀਂ ਕੰਡਮ ਕਰਦੇ ਹਾਂ, ਅਸੀਂ 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 ਯੂਰਤ ਰੱਖਦੇ ਹਾਂ ਕੰਡਮ ਕਰਨ ਦੀ। ਅਸੀਂ ਸਵੇਰੇ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਜੇ ਤੁਸੀਂ ਇਹ ਲਫ਼ਜ਼ ਬੋਲਿਆ ਤਾਂ ਕਿਉਂ ਬੋਲਿਆ, ਉਹਨਾਂ ਦੀ ਗਲਤੀ ਮੰਨੋ, ਮਨਾ ਦਿੰਦੇ ਹਾਂ ਕੱਲ ਨੂੰ। ਪਰ ਜਦੋਂ ਕੋਈ ਤੁਹਾਡੇ ਧੜੇ ਵਿੱਚ ਜਿਵੇਂ ਤੁਸੀਂ ਗੱਲ ਕੀਤੀ ਹੈ ਗੌਰਵ ਜੀ, ਤੁਸੀਂ ਹਿੰਮਤ ਰੱਖਿਆ ਕਰੋ ਨਾਲ ਦੀ ਨਾਲ, ਕਹਿੰਦੇ ਕੋਈ ਨਹੀਂ ਗੁਰੂ ਦਾ ਧੜਾ ਜਿਹੜਾ, ਗੁਰੂ ਦੇ ਧੜੇ ਦੀ ਗੱਲ ਕਰੀਏ, ਗੁਰੂ ਦਾ ਕੋਈ ਗੁਰੂ ਦੇ ਨਾਲ ਜੁੜੇ, ਰਿਕੁਐਸਟ ਕਰ ਰਹੇ ਕਿ ਥੋੜਾ ਜਿਹਾ ਸਮਾਂ ਦਿਓ, ਇੱਕ ਵਾਰੀ ਗੱਲ ਤੁਹਾਡੀ ਪਹੁੰਚੇਗੀ ਤਾਂ ਹੀ, ਕੀ ਕਰਕੇ ਗੱਲ ਰੱਖੋ, ਸਾਰੇ ਬੋਲਾਂਗੇ ਨਹੀਂ ਸਮਝ ਆਏਗੀ। ਬਲਵਿੰਦਰ ਜੀ ਫਿਰ ਪੀਰ ਮੁਹੰਮਦ ਸਾਹਿਬ ਤੁਸੀਂ ਸਹੀ ਕਹਿ ਰਹੇ ਹੋ ਕਿ ਗੁਰੂ ਦਾ ਧੜਾ, ਤੇ ਆਓ ਆਪਾਂ ਰਲ ਕੇ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋ ਕੇ ਚੱਲੀਏ, ਕਿਉਂਕਿ ਜਦੋਂ ਅਕਾਲ ਤਖ਼ਤ ਸਾਹਿਬ ਅਕਾਲ ਪੁਰਖ ਦੀ ਦਇਆ ਦੇ ਨਾਲ ਸਦੀਵੀ ਹੈ, ਤੇ ਆਪਾਂ ਅਕਾਲ ਤਖ਼ਤ ਸਾਹਿਬ ਨਾਲ ਜੁੜੀਏ ਸਾਰੇ, ਅਸੀਂ ਤਾਂ ਆਵਾਜ਼ਾਂ ਮਾਰਦੇ ਹਾਂ, ਆਜੋ ਜੁੜੀਏ, ਸਰਬੱਤ ਖਾਲਸਾ ਬੁਲਾਓ, ਦੁਆਰਾ ਬੁਲਾ ਲਓ, ਜੁੜੋ ਸਾਰੇ ਉੱਥੇ, ਪਰ ਕਿਰਪਾ ਕਰਕੇ ਅਕਾਲ ਤਖ਼ਤ ਸਾਹਿਬ ਨੂੰ ਇੱਕ ਪਰਿਵਾਰ ਨੂੰ ਬਚਾਉਣ ਵਾਸਤੇ ਨਾ ਵਰਤੋ, ਕਿਰਪਾ ਕਰੋ। ਠੀਕ ਹੈ,
ਠੀਕ ਹੈ, ਥੋੜੇ ਹੁਣ ਵੇਟ ਕਰੋ ਜੀ, ਪਰਿਵਾਰਾਂ ਦੀ ਰਾਜਨੀਤੀ ਕਿਤੇ ਵੀ ਨੀ ਚੰਗੀ, ਪਰਿਵਾਰਾਂ ਦੀ ਰਾਜਨੀਤੀ ਸ਼ਹੀਦ ਪਰਿਵਾਰਾਂ ਦੇ ਵਿੱਚ ਵੀ ਚੰਗੀ ਨਹੀਂ, ਤੇ ਉਸ ਤੋਂ ਬਾਹਰ ਜਿਹੜੇ ਕੋਈ ਹੈਗੇ ਨੇ ਉੱਥੇ ਵੀ ਨੀ ਚੰਗੀ ਹੈਗੀ। ਪਰਿਵਾਰਵਾਦ ਜਿਹੜਾ ਹੈ ਉਸ ਨੂੰ ਉਹਦੇ ਵਿੱਚ ਜੇ ਕੋਈ ਚੰਗਾ ਚੰਗੀ ਸ਼ਖਸੀਅਤ ਹੈ, ਜੇ ਉਹਦੇ ਵਿੱਚ ਲਿਆਕਤ ਹੈ ਉਹ ਅੱਗੇ ਆਵੇ, ਕੋਈ ਮਾੜੀ ਗੱਲ ਨੀ। ਪਰ ਪਰਿਵਾਰਾਂ ਦੇ ਵਿੱਚ ਖੁਸ਼ਾਮਦ ਨੂੰ ਲੈ ਕੇ, ਜਿਹੜੀ ਖੁਸ਼ਾਮਦ ਰਾਜਦੇਵ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ, ਸ਼ਹੀਦ ਪਰਿਵਾਰਾਂ ਦੀ ਹਾਜ਼ਰੀ ਦੇ ਵਿੱਚ, ਸਭ ਤੋਂ ਪਹਿਲਾਂ ਤਾਂ ਸਰਦਾਰ ਸਰਬਜੀਤ ਸਿੰਘ ਨੂੰ ਹੀ ਕੰਡੈਮ ਕਰਨਾ ਚਾਹੀਦਾ ਸੀ ਕਿ ਕੀ ਬੋਲਿਆ ਬਾਈ ਇਹਨੂੰ। ਫਿਰ ਭਾਈ ਜਸਵੀਰ ਸਿੰਘ ਰੋਡੇ ਨੂੰ ਵੀ ਬੋਲਣਾ ਚਾਹੀਦਾ ਸੀ। ਥੋੜੇ ਇੰਤਜ਼ਾਰ ਕਰਿਓ, ਮੈਂ ਵਾਪਸ ਡਿਬੇਟ ਜਿਸ ਨੂੰ ਆਪਾਂ ਚੂਜ਼ ਕੀਤਾ ਜਿਸ ਟੌਪਿਕ ਨੂੰ ਉਸ ਦੇ ਉੱਤੇ ਆਪਾਂ ਰਹੀਏ। ਠੀਕ ਹੈ, ਜਿਹੜੀ ਤੁਸੀਂ ਗੱਲ ਰੱਖੀ ਪੀਰ ਮੁਹੰਮਦ ਸਾਹਿਬ, ਉਸ ਦੇ ਉੱਤੇ ਮੈਨੂੰ ਲੱਗਦਾ ਕਿ ਬਲਵਿੰਦਰ ਜੀ ਨੇ ਗੱਲ ਰੱਖ ਦਿੱਤੀ ਹੈ। ਇਨਫੈਕਟ ਬਲਵਿੰਦਰ ਜੀ ਦੇ ਜਿਹੜੇ ਬਹੁਤ ਵਧੀਆ ਜੀ, ਧੰਨਵਾਦ, ਜਿਹੜੇ ਸਮਰਥਕ ਨੇ ਸਾਰਿਆਂ ਤੱਕ ਗੱਲ ਪਹੁੰਚ ਗਈ ਹੋਈ, ਬਹੁਤ ਚੰਗੀ ਗੱਲ। ਥੋੜਾ ਜਿਹਾ ਵੇਟ ਕਰਿਓ, ਸਾਡੇ ਨਾਲ ਚਰਨਜੀਤ ਸਿੰਘ ਜੀ ਜੁੜੇ ਹੋਏ ਨੇ, ਚਰਨਜੀਤ ਸਿੰਘ ਭਿੰਦਰ ਜੀ ਅੰਮ੍ਰਿਤਪਾਲ ਸਿੰਘ ਦੇ ਸਮਰਥਕ ਨੇ। ਚਰਨਜੀਤ ਜੀ ਇੱਕ ਵਾਰ ਫਿਰ ਤੋਂ ਸਵਾਗਤ ਹੈ। ਥੋੜਾ ਜਿਹਾ ਲੋਕਾਂ ਨੂੰ ਕਲੀਅਰ ਕਰੋ, ਜਿਹੜੇ ਅੰਮ੍ਰਿਤਪਾਲ ਸਿੰਘ ਦੇ ਸਪੋਰਟਰਸ ਨੇ, ਸਮਰਥਕ ਨੇ, ਕਿ ਸਰਬਜੀਤ ਸਿੰਘ ਖਾਲਸਾ ਕਹਿ ਰਹੇ ਨੇ ਕਿ ਇੱਕ ਨਵੀਂ ਪਾਰਟੀ ਬਣਾਵਾਂਗੇ ਅਸੀਂ ਅੰਮ੍ਰਿਤਪਾਲ ਸਿੰਘ ਦੇ ਨਾਲ ਰਲ ਕੇ, ਕਿ ਅੰਮ੍ਰਿਤਪਾਲ ਸਿੰਘ ਨਵੀਂ ਪਾਰਟੀ ਬਣਾਉਣ ਦੇ ਲਈ ਤਿਆਰ ਨੇ, ਕਿ ਉਹ ਸਰਬਜੀਤ ਸਿੰਘ ਖਾਲਸਾ ਦੇ ਨਾਲ ਨਵੀਂ ਪਾਰਟੀ ਮਿਲ ਕੇ ਬਣਾਉਣ ਦੇ ਲਈ ਤਿਆਰ ਨੇ? ਗੁਰੂ ਜੀ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਕੌਮ ਦੇ ਵਿੱਚ ਪਹਿਲਾਂ ਹੀ ਕੌਮ ਧੜਿਆਂ ਦੇ ਵਿੱਚ ਵੰਡੀ ਗਈ ਆ ਜੀ, ਤੁਹਾਡੇ ਵਾਸਤੇ ਸ਼ਾਇਦ ਇਹ ਧੜਾ ਲਿਖਣਾ ਠੀਕ ਹੋਏਗਾ, ਪਲੀਜ਼ ਅੰਮ੍ਰਿਤਪਾਲ ਸਿੰਘ ਧੜਾ ਨਾ ਲਿਖਿਆ ਜਾਵੇ। ਚਲੋ ਮੈਂ ਆਪਣੀ ਟੀਮ ਨੂੰ ਕਹਿਣਾ, ਸਮਰਥਕ ਸਿੱਖ ਕੌਮ ਦੇ ਵਿੱਚ ਪਹਿਲਾਂ ਹੀ ਬਹੁਤ ਜ਼ਿਆਦਾ ਦੁਰਵਿਧਾ ਬਣ ਚੁੱਕੀਆਂ ਧੜਿਆਂ ਕਾਰਨ, ਅੱਜ ਸਿੱਖ ਕੌਮ ਜਿਹੜੀ ਆ ਬਹੁਤ ਜਲਦੀ ਜਲਦੀ ਅੱਜ ਨਿਗਾਰ ਵੱਲ ਜਿਹੜੀ ਆ ਪਹੁੰਚ ਚੁੱਕੀ ਆ। ਠੀਕ ਹੈ, ਸੋ ਬੇਨਤੀ ਕਰਾਂਗੇ ਕਿ ਅਸੀਂ ਤੇ ਕੋਸ਼ਿਸ਼ ਕਰਾਂਗੇ ਭਾਈ ਅੰਮ੍ਰਿਤਪਾਲ ਸਿੰਘ ਦੀ ਸਮੁੱਚੀ ਟੀਮ, ਕਿ ਸਾਰੀ ਸਿੱਖ ਕੌਮ ਨੂੰ, ਸਿੱਖ ਬੁੱਧੀਜੀਵੀਆਂ ਨੂੰ, ਸਾਰਿਆਂ ਨੂੰ ਇੱਕ ਝੰਡੇ ਹੇਠ ਇਕੱਠਾ ਕਰਕੇ ਤੇ ਕੌਮ ਦੀ ਗੱਲ ਕੀਤੀ ਜਾਵੇ, ਪੰਥ ਦੀ ਗੱਲ ਕੀਤੀ ਜਾਵੇ। ਸੋ ਮੈਂ ਤੁਹਾਨੂੰ ਬੇਨਤੀ ਕਰਾਂਗਾ, ਤੁਸੀਂ ਆਪਣੇ ਜਿਹੜੇ ਟੈਕਨੀਕਲ ਐਕਸਪਰਟ ਨੇ, ਮੇਰੀ ਟੀਮ ਸੁਣ ਰਹੀ ਹੋਏਗੀ, ਉਹਨਾਂ ਨੇ ਆਪਣੇ ਆਪ ਕਰ ਦੇਣਾ। ਤੁਸੀਂ, ਮੇਰਾ ਸਵਾਲ ਉਹੀ ਸੀ ਕਿ ਤੁਸੀਂ ਰੈਡੀ ਹੋ? ਸਵਾਲ, ਹਾਂਜੀ। ਦੂਜੀ ਬੇਨਤੀ ਜਿਹੜੀ ਭਾਈ ਸਰਬਜੀਤ ਸਿੰਘ ਜੀ ਖਾਲਸਾ ਜੀ ਨੇ ਕੱਲ ਰੋਡੇ ਪਿੰਡ ਵਿਖੇ ਜੋ ਉਹਨਾਂ ਨੇ ਅਨਾਊਂਸ ਕੀਤਾ ਪਾਰਟੀ ਬਾਰੇ ਜੀ, ਸਾਨੂੰ ਇਲੈਕਸ਼ਨ ਲੜਨ ਦਾ ਪਹਿਲਾਂ ਵੀ ਕੋਈ ਸ਼ੌਂਕ ਨਹੀਂ ਸੀ, ਪੋਲੀਟੀਕਲ ਸਰਗਰਮ ਪੋਲਿਟਿਕਸ ਵਿੱਚ ਆਉਣ ਦਾ ਕੋਈ ਅਸੀਂ ਸ਼ੌਂਕ ਨਹੀਂ ਸੀ ਰੱਖਦੇ। ਅਸੀਂ ਤਾਂ ਇੱਕ ਕੌਮ ਦੀ, ਜੋ ਕੌਮ ਦੇ ਵਿੱਚ ਤੇ ਪੰਜਾਬੀਆਂ ਦੇ ਵਿੱਚ ਜੋ ਨਸ਼ਿਆਂ ਕਾਰਨ, ਜੋ ਆਪਣਾ ਧਰਮ ਪਰਿਵਰਤਨ ਕਾਰਨ ਨਿਘਾਰ ਆ ਚੁੱਕਾ ਵਾ, ਉਸ ਨੂੰ ਲੈ ਕੇ ਇੱਕ ਲਾਮਬੰਦੀ ਸ਼ੁਰੂ ਕੀਤੀ ਸੀ, ਵਹੀਰਾਂ ਸ਼ੁਰੂ ਕੀਤੀਆਂ ਸੀ ਜੀ। ਪਰ ਜੋ ਵੀ ਸਰਕਮਸਟੈਂਸਿਸ ਬਣੇ, ਅਜਨਾਲਾ ਕਾਂਡ ਹੋਇਆ, ਭਾਰਤ ਦੀ ਸਰਕਾਰ ਨੇ, ਪੰਜਾਬ ਦੀ ਸਰਕਾਰ ਨੇ ਭਾਈ ਸਾਹਿਬ ਨੂੰ ਡਿਬਰੂਗੜ੍ਹ ਜੇਲ੍ਹ ਵਿੱਚ ਉਹਨਾਂ ਨੂੰ ਸਾਥੀਆਂ ਸਮੇਤ ਤੇ ਉਹਨਾਂ ਦੇ ਹੋਰ 30-32 ਸਾਥੀ ਅੱਜ ਤੱਕ ਜਿਹੜੇ ਕਿ 307 ਦੇ ਵਿੱਚ, ਇੱਕ ਸਾਲ ਤੋਂ ਉੱਪਰ ਹੋ ਗਿਆ ਵਾ, ਸਵਾ ਸਾਲ ਹੋ ਗਿਆ, ਜਿਹੜੇ ਕਿ ਅੰਮ੍ਰਿਤਸਰ ਦੀਆਂ ਜੇਲ੍ਹਾਂ 'ਚ ਤੇ ਕਪੂਰਥਲੇ ਵਿੱਚ ਬੰਦ ਨੇ ਜੀ। ਸੋ ਕੌਮ ਦੀਆਂ ਭਾਵਨਾ ਨੂੰ ਦੇਖਦੇ ਹੋਏ, ਜਦ ਸਾਰਾਗੜੀ ਸਾਹਿਬ ਮੋਰਚਾ ਲੱਗਾ ਸੀ ਭਾਈ ਸਾਹਿਬ ਤੇ ਉਹਨਾਂ ਦੇ ਬਾਕੀ ਸਾਥੀਆਂ ਦੀ ਅਸਾਮ ਤੋਂ ਜੇਲ੍ਹ ਤਬਦੀਲ ਕਰਨ ਦਾ, ਤੇ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ, ਉਹਨਾਂ ਦੇ ਹੁਕਮਾਂ ਤੇ ਫੁੱਲ ਚੜਾਉਂਦਿਆਂ, ਸਾਨੂੰ ਲੋਕ ਸਭਾ ਦੀ ਖਡੂਰ ਸਾਹਿਬ ਦੀ ਇਲੈਕਸ਼ਨ ਲੜਨੀ ਪਈ। ਠੀਕ ਹੈ, ਅੱਗੇ ਗੱਲ ਕਰਦੇ ਹਾਂ ਤੁਹਾਡੇ ਸਵਾਲ ਦੀ, ਜੋ ਭਾਈ ਸਰਬਜੀਤ ਸਿੰਘ ਜੀ ਨੇ ਕੱਲ ਅਨਾਊਂਸ ਕੀਤਾ ਜੀ। ਅਸੀਂ ਭਾਈ ਸਰਬਜੀਤ ਸਿੰਘ ਖਾਲਸਾ, ਜੋ ਕਿ ਇੱਕ ਕੁਰਬਾਨੀ ਵਾਲਾ ਪਰਿਵਾਰ ਸੀਗਾ, ਤੇ ਕੌਮ ਨੇ ਅੱਜ ਦੁਬਾਰਾ ਇੱਕ ਕੌਮ ਦਾ ਮੁੱਲ ਪਾਇਆ ਕਿ ਜਿਹੜਾ ਵੀ ਕੌਮ ਵਾਸਤੇ ਕੋਈ ਕੁਰਬਾਨੀ ਕਰਦਾ, ਕੌਮ ਉਸਨੂੰ ਕਦੀ ਨੀ ਭੁੱਲਦੀ। ਹਮੇਸ਼ਾ ਹੀ ਕੌਮ ਨੂੰ ਲੀਡਰਾਂ ਨੇ ਧੋਖਾ ਦਿੱਤਾ, ਕੌਮ ਨੇ ਲੀਡਰਾਂ ਨੂੰ ਕਦੀ ਧੋਖਾ ਨਹੀਂ ਦਿੱਤਾ। ਸੋ ਜਿਹੜੀ ਗੱਲ ਹੁਣ ਪਾਰਟੀ ਦੀ ਚੱਲੀ ਆ, ਭਾਈ ਅੰਮ੍ਰਿਤਪਾਲ ਸਿੰਘ ਦੀ ਸਮੁੱਚੀ ਟੀਮ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਧਿਆਨ ਵਿੱਚ ਰੱਖਦਿਆਂ ਤਾਂ ਜ਼ਰੂਰ ਪਾਰਟੀ ਬਣਾਏਗੀ ਤੇ ਜੋ ਸਾਡੇ ਗੁਰੂ ਘਰਾਂ ਦੇ ਉੱਤੇ ਜੋ ਅੱਜ ਫਿਰ ਦੁਬਾਰਾ ਇੱਕ ਜਿਨ੍ਹਾਂ ਨੂੰ ਕਹੀਏ ਮਹੰਤ ਦੁਬਾਰਾ ਕਾਬਜ਼ ਹੋ ਚੁੱਕੇ ਨੇ ਉਹਨਾਂ ਤੋਂ ਗੁਰੂ ਘਰਾਂ ਨੂੰ ਆਜ਼ਾਦ ਕਰਨ ਵਾਸਤੇ ਵੱਧ ਚੜ੍ਹ ਕੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਪਾਰਟੀ ਬਣਾ ਕੇ ਹਿੱਸਾ ਲਿਆ ਜਾਏਗਾ। ਪਰ ਪੋਲੀਟੀਕਲ ਜਿਸ ਨੂੰ ਆਪਾਂ ਵਿਧਾਨ ਸਭਾ ਦੀ ਗੱਲ ਕਰੀਏ, ਐਕਟਿਵ ਪੋਲੀਟਿਕਸ ਰਾਜਨੀਤੀ ਜੋ ਪੰਜਾਬ ਦੀ ਆ, ਉਹਦੇ ਉੱਪਰ ਉਹਦੇ ਵਿੱਚ ਜਾਣ ਤੋਂ ਹਾਲ ਦੀ ਘੜੀ ਭਵਿੱਖ ਵਿੱਚ ਕੀ ਕੌਮ ਕਹਿੰਦੀ ਆ, ਕੀ ਹੁਕਮ ਕਰਦੀ ਆ, ਉਹ ਬਾਅਦ ਦੀਆਂ ਗੱਲਾਂ ਨੇ। ਪਰ ਹਾਲ ਦੀ ਘੜੀ ਸਾਡਾ ਪੋਲੀਟੀਕਲ ਪਾਰਟੀ ਬਣਾਉਣ ਦਾ ਕੋਈ ਵੀ ਵਿਚਾਰ ਨਹੀਂ ਆ। ਭਾਈ ਸਰਬਜੀਤ ਸਿੰਘ ਵੀ ਸ਼੍ਰੋਮਣੀ, ਤੁਸੀਂ ਬਾਅਦ ਚ ਉਹਨਾਂ ਦੀ ਸਪੀਚ ਸੁਣੀ ਹੋਏਗੀ, ਅਖੀਰ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣਾਉਣ ਵਾਸਤੇ ਹੀ ਅਪੀਲ ਕੀਤੀ ਕਿ ਵੱਧ ਤੋਂ ਵੱਧ ਸਿੱਖ ਆਪੋ ਆਪਣੇ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਗਲੀ ਮਹੱਲਿਆਂ ਦੇ ਵਿੱਚ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣਾਓ, ਉਸ ਨੂੰ ਧਿਆਨ ਦੇ ਵਿੱਚ ਰੱਖ ਕੇ ਇੱਕ ਪਾਰਟੀ ਬਣਾਈ ਜਾਏਗੀ ਤੇ ਉਹ ਪਾਰਟੀ ਦੇ ਚੋਣ ਸਿੰਬਲ ਤੇ 165 ਜੋ ਉਮੀਦਵਾਰ ਸ਼੍ਰੋਮਣੀ ਕਮੇਟੀ ਦੇ ਚੁਣੇ ਜਾਂਦੇ ਨੇ ਉਹਨਾਂ ਨੂੰ ਚੋਣ ਲਈ ਜਾਏਗੀ। ਠੀਕ ਹੈ, ਮਤਲਬ ਤੁਸੀਂ ਕਹਿ ਰਹੇ ਹੋ ਰਾਜਸੀ ਸਿਆਸਤ ਵਾਲੇ ਪਾਸੇ ਨਹੀਂ, ਪੰਥਕ ਸਿਆਸਤ ਵਾਲੇ ਪਾਸੇ ਅਸੀਂ ਕਦਮ ਵਧਾਵਾਂਗੇ। ਜੀ ਬਿਲਕੁਲ। ਨਹੀਂ ਪਰ ਤੁਸੀਂ ਬਾਈ ਇਲੈਕਸ਼ਨ ਲੜਨ ਦਾ ਐਲਾਨ ਕੀਤਾ ਕਿ ਉਹ ਅਜੇ ਅੰਮ੍ਰਿਤਪਾਲ ਦਾ ਐਲਾਨ ਨਾ ਸਮਝਿਆ ਜਾਵੇ ਹੁਣ? ਨਹੀਂ, ਬਾਈ ਇਲੈਕਸ਼ਨ ਲੜਨ ਦਾ ਐਲਾਨ ਜਿਵੇਂ ਸਾਡੇ ਸਮਰਥਕ ਨੇ, ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਦੇ ਸਮਰਥਕ ਸੀਗੇ ਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਨੇ ਖੁਦ ਐਲਾਨ ਨਹੀਂ ਸੀ ਕੀਤਾ ਜੀ, ਉਹਨਾਂ ਦੇ ਸਮਰਥਕਾਂ ਨੇ, ਸਿੱਖ ਕੌਮ ਨੇ ਜਦੋਂ ਉਹਨਾਂ ਨੂੰ ਹੁਕਮ ਕੀਤਾ, ਪਰਿਵਾਰ ਨੂੰ ਜਾ ਕੇ ਸੰਗਤਾਂ ਮਿਲਦੀਆਂ ਸੀ ਤੇ ਫਿਰ ਇਹ ਐਲਾਨ ਕੀਤਾ। ਹੁਣ ਵੀ ਜਿਹੜੇ ਬਾਈ ਇਲੈਕਸ਼ਨ ਦਾ ਜੋ ਹੁਣ ਹੁੰਦੀ ਆ, 2 ਮਹੀਨੇ ਬਾਅਦ ਹੁੰਦੀ ਆ, 4 ਮਹੀਨੇ ਬਾਅਦ ਹੁੰਦੀ ਆ, ਉਹ ਸਾਰਿਆਂ ਨਾਲ ਵਿਚਾਰ ਕਰਕੇ ਪਹਿਲਾਂ, ਕਿਉਂਕਿ ਅਸੀਂ ਦੇਖ ਲਿਆ ਕਿ MP ਦੀ ਇਲੈਕਸ਼ਨ ਲੜਨ ਤੋਂ ਬਾਅਦ ਵੀ ਭਾਰਤ ਸਰਕਾਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਰਿਹਾਅ ਨਹੀਂ ਕਰ ਰਹੀ। ਜੋ ਸਾਡੇ ਸਿੱਖ ਕੌਮ ਦੀਆਂ ਭਾਵਨਾਵਾਂ ਸੀ, ਇੱਕ MP ਦੀ ਸੀਟ ਲੋਕ ਸਭਾ ਵਿੱਚ ਲੈਣ ਵਾਸਤੇ ਇਲੈਕਸ਼ਨ ਨਹੀਂ ਲੜਾਈ, ਕੌਮ ਦੀਆਂ ਭਾਵਨਾਵਾਂ ਇਹ ਕਹਿੰਦੀਆਂ ਸੀ ਕਿ ਜਿਵੇਂ ਪਹਿਲਾਂ ਹੁੰਦਾ ਰਿਹਾ ਵਾ, ਜਿਸ ਕਿਸੇ ਨੂੰ ਮੈਂਡੇਟ ਮਿਲ ਜੇ ਤੇ ਉਸਨੂੰ ਜੇਲ੍ਹ ਚ ਬੈਠਿਆਂ ਨੂੰ ਵੀ ਬਾਹਰ ਬਾਹਰ ਜਿਹੜਾ ਵਾ ਭੇਜ ਦਿੱਤਾ ਜਾਂਦਾ ਵਾ, ਜੇਲ੍ਹ ਤੋਂ ਬਾਹਰ ਰਿਹਾ ਕਰ ਦਿੱਤਾ ਜਾਂਦਾ ਕਿ ਕੌਮ ਨੇ ਮੈਂਡੇਟ ਦਿੱਤਾ ਵਾ। ਠੀਕ ਹੈ, ਹੁਣ ਸਾਨੂੰ 2 ਲੱਖ ਦੀ ਲੀਡ ਮਿਲੀ ਆ, ਐਡਾ ਵੱਡਾ ਮੈਂਡੇਟ ਮਿਲਿਆ ਵਾ, ਤੇ ਹੁਣ ਫਿਰ ਜਿਹੜੀ ਆ ਕਿ 4 ਤਰੀਕ ਨੂੰ ਰਿਜ਼ਲਟ ਆਉਣਾ ਸੀਗਾ ਤੇ 3 ਜੂਨ ਨੂੰ ਪੰਜਾਬ ਸਰਕਾਰ ਨੇ 9 ਮਹੀਨਿਆਂ ਦੀ ਇਕੱਠੀ ਐਕਸਟੈਂਡ ਕਰਤੀ ਆ ਆਪਣੀ NSA, ਜੋ ਕਿ ਪਹਿਲਾਂ 3-3 ਮਹੀਨੇ ਬਾਅਦ ਐਕਸਟੈਂਡ ਹੁੰਦੀ ਸੀ। ਠੀਕ ਹੈ, ਸੋ ਅਸੀਂ ਇਹ ਦੇਖ ਲਿਆ ਵਾ ਕਿ ਭਾਰਤ ਸਰਕਾਰ ਤੇ ਪੰਜਾਬ ਸਰਕਾਰ, ਠੀਕ ਹੈ, ਦੇਖੋ ਗੱਲ ਇਹ ਕੀ ਹੈਗੀ ਹੈ, ਭਾਵਨਾ ਦੀ ਗੱਲ ਇੱਕ ਹੈਗੀ ਹੈ, ਸੰਵਿਧਾਨ ਦੀ ਗੱਲ, ਕਿਉਂ ਸੰਵਿਧਾਨ ਦੇ ਮੁਤਾਬਿਕ ਨਹੀਂ ਹੋ ਰਿਹਾ। ਗੱਲ ਉਹ ਹੈ ਕਿ ਉਹ ਤਾਂ ਜਿਹੜੀ ਜ਼ਮਾਨਤ ਆ ਜੇਲ੍ਹ ਤੋਂ ਬਾਹਰ ਆਉਣਾ ਤਾਂ ਉਹ ਤਾਂ ਅਦਾਲਤਾਂ ਹੀ ਤੈਅ ਕਰਨਗੀਆਂ ਨਾ, ਉਹ ਨਹੀਂ ਦੇਖੋ ਕੋਈ ਜਿੱਤ ਹਾਰ ਤਾਂ ਤੈਅ ਨਹੀਂ ਕਰ ਸਕਦੀ ਨਾ, ਕੋਈ ਜਿੱਤ ਗਿਆ ਕੋਈ 50,000 ਦੇ ਨਾਲ ਜਿੱਤਿਆ ਤਾਂ ਬਾਹਰ ਨਹੀਂ ਆਏਗਾ, ਕੋਈ 2 ਲੱਖ ਨਾਲ ਜਿੱਤ ਗਿਆ ਤਾਂ ਬਾਹਰ ਆ ਜਾਏਗਾ, ਇਹ ਤਾਂ ਨਹੀਂ ਹੋਣਾ ਚਾਹੀਦਾ। ਭਾਰਤ ਵਿੱਚ ਜਦੋਂ ਵੀ NSA ਲੱਗਦੀ ਰਹੀ ਹੈ, NSA ਕੋਈ ਐਕਟ ਨਹੀਂ ਹੈ ਕਿ ਜਿਸ ਨੂੰ ਆਪਣਾ ਕੋਈ ਕ੍ਰਾਈਮ ਦਾ ਕੋਈ ਪੈਰਾਮੀਟਰ ਹੋਵੇ। NSA ਸਿਰਫ ਲਾਈ ਜਾਂਦੀ ਆ ਕਿ ਆਪਣੇ ਸਟੇਟ ਤੋਂ ਬਾਹਰ ਕਰਨਾ ਹੁੰਦਾ ਤੇ ਸਿਰਫ 1 ਸਾਲ ਵਾਸਤੇ ਕਰਨਾ ਹੁੰਦਾ। ਠੀਕ ਹੈ, ਹੁਣ ਦੱਸੋ ਇੰਨਾ ਸਮਾਂ ਬਾਅਦ, ਅੱਜ 15-16 ਮਹੀਨੇ ਬਾਅਦ ਬੀਤਣ ਦੇ ਬਾਅਦ ਵਿੱਚ ਵੀ ਭਾਈ ਅੰਮ੍ਰਿਤਪਾਲ ਸਿੰਘ ਤੋਂ ਕੀ ਖਤਰਾ ਹੈਗਾ? ਖਤਰਾ ਤੇ ਉਸ ਵੇਲੇ ਵੀ ਕੋਈ ਨਹੀਂ ਸੀ, ਨਾ ਰਾਸ਼ਟਰ ਨੂੰ ਸੀ ਨਾ ਅੰਮ੍ਰਿਤਸਰ ਜ਼ਿਲ੍ਹੇ ਨੂੰ ਸੀ, ਪਰ ਇਹ ਜਿਹੜੀਆਂ ਸਰਕਾਰਾਂ ਨੇ ਭਾਰਤ ਤੇ ਪੰਜਾਬ ਦੀ, ਉਹਨਾਂ ਤੋਂ ਅਨਸਿਕਿਓਰ ਮਹਿਸੂਸ ਕਰਦੇ ਉਹਨਾਂ ਦੀ NSA ਵਧਾ ਰਹੀਆਂ। ਠੀਕ ਹੈ, ਚਲੋ ਜੇਕਰ ਦੁਬਾਰਾ ਕਹਿ ਰਹੇ MP ਬਣ ਕੇ, ਮੈਂ ਉਸ ਪੁਆਇੰਟ ਦੇ ਉੱਤੇ ਡਿਬੇਟ ਨੂੰ ਰੱਖਾਂ ਜਿਹਨੂੰ ਅਸੀਂ ਚੂਜ਼ ਕੀਤਾ ਸੀ, ਪਰ ਤੁਸੀਂ ਆਪਣੀ ਗੱਲ ਰੱਖੀ ਹੈ, ਮੈਂ ਤੇਰੇ ਕੋਲ ਵਾਪਸ ਆਉਣਾ। ਮੈਂ ਇੱਕ ਵਾਰੀ ਕੁਲਦੀਪ ਜੀ ਦਾ ਰਿਐਕਸ਼ਨ ਲੈਣਾ, ਲਗਾਤਾਰ ਸਾਡੇ ਨਾਲ ਜੁੜੇ ਹੋਏ ਨੇ, ਵੇਟ ਕਰ ਰਹੇ ਨੇ। ਕੁਲਦੀਪ ਜੀ, ਮੌਜੂਦਾ ਸਮੇਂ ਦੇ ਵਿੱਚ ਕੀ ਪੰਥਕ ਸਿਆਸਤ ਦੇ ਵਿੱਚ ਤੁਹਾਨੂੰ ਲੱਗਦਾ ਕਿ ਸਪੇਸ ਹੈਗੀ ਹੈ ਕਿਸੇ ਨਵੀਂ ਧਿਰ ਦੀ, ਜੋ ਜ਼ਿਕਰ ਕਰਦੇ ਨਜ਼ਰ ਆਏ ਨੇ, ਚਾਹੇ ਉਹ ਚਰਨਜੀਤ ਜੀ ਨੇ ਜ਼ਿਕਰ ਕੀਤਾ ਜਾਂ ਬਲਵਿੰਦਰ ਜੀ ਨੇ ਜ਼ਿਕਰ ਕੀਤਾ? ਦੇਖੋ ਗੌਰਵ ਜੀ, ਸਪੇਸ ਹਰ ਇੱਕ ਉਸ ਬੰਦੇ ਲਈ ਆ ਜੀ ਜਿਹੜਾ ਪੰਥ ਅਤੇ ਪੰਜਾਬ ਦੇ ਮੁੱਦਿਆਂ ਦੀ ਗੱਲ
ਜੇ ਮੈਂ ਅੱਜ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਾਂ, ਮੇਰਾ ਵੀਰ ਸਰਦਾਰ ਚਰਨਜੀਤ ਸਿੰਘ ਬੋਲ ਰਿਹਾ ਸੀ ਤੇ ਗੁਰਦੁਆਰਿਆਂ ਦੇ ਵਿੱਚ ਮਸੰਦ ਬੈਠੇ ਜਾਂ ਮਹੰਤ ਬੈਠੇ ਆ, ਮੈਂ ਇਹਨਾਂ ਨੂੰ ਵੀਰ ਜੀ ਨੂੰ ਕਹਿਣਾ ਚਾਹੁੰਦਾ ਕਿ ਜਿਹੜਾ ਸਾਡਾ ਤਖ਼ਤ ਸ੍ਰੀ ਹਜ਼ੂਰ ਸਾਹਿਬ ਬੋਰਡ ਆ ਉੱਥੇ ਸਰਕਾਰ ਦਾ ਸਿੱਧਾ ਕਬਜ਼ਾ ਆ ਗਿਆ, ਕਿਉਂਕਿ ਸਰਕਾਰੀ ਮੈਂਬਰਾਂ ਦੀ ਗਿਣਤੀ ਉੱਥੇ 12 ਜਿਹੜੇ ਸਰਕਾਰ ਨੇ ਚੁਣੇ ਆ, ਸੰਗਤ ਵਾਲੇ 2 ਰਹਿ, ਉੱਥੇ ਦੀ ਲੜਾਈ ਕਿਹੜੀ ਧਿਰ ਲੜਦੀ ਆ ਇਹ ਦੇਖਣਾ ਪਊ। ਤਖ਼ਤ ਸ੍ਰੀ ਪਟਨਾ ਸਾਹਿਬ ਜਿਹੜਾ ਵਾ ਉੱਥੇ ਸਰਕਾਰੀ ਦਖਲ ਆ, ਸਾਡੀ ਜਿਹੜੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹ ਸਿੱਧਮ ਸਿੱਧਾ ਆਪਾਂ ਜਾਣਦੇ ਹੀ ਆ। ਮੈਂ ਉਦਾਹਰਣ ਦੇ ਰਿਹਾ ਵੀਰ ਜੀ ਹੁਣ ਸਾਰੇ ਜਿੰਨੇ ਬਈ, ਠੀਕ ਹੈ, ਸ੍ਰੀ ਅਕਾਲ ਤਖ਼ਤ ਸਾਹਿਬ ਨੇ ਆਖਿਆ ਕਿ ਇਹ ਜਿਹੜਾ ਵੀਰ ਬਾਲ ਦੇਵ ਸਾਹਿਬ ਇਹ ਸ਼ਬਦ ਨਾ ਵਰਤਿਆ ਜਾ, ਸਾਹਿਬਜ਼ਾਦੇ ਸ਼ਹੀਦੀ ਦਿਹਾੜਾ ਰੱਖਿਆ ਜਾ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਹੁਕਮ ਦੇ ਬਾਵਜੂਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀਰ ਬਾਲ ਦਿਵਸ ਵੱਡੇ ਪੱਧਰ ਤੇ ਮਨਾਇਆ। ਇਹ ਸਿੱਧਮ ਸਿੱਧਾ ਬੀਜੇਪੀ ਦਾ ਦਖਲ ਆ, ਠੀਕ ਹੈ, ਸਿੱਧਮ ਸਿੱਧਾ ਬੀਜੇਪੀ ਦਾ ਦਖਲ ਆ। ਹਰਿਆਣੇ ਦੇ ਵਿੱਚ ਆਪਾਂ ਸਾਰੇ ਜਾਣਦੇ ਹੀ ਆ ਜਦੋਂ ਪਿਛਲਾ ਕਿਸਾਨੀ ਅੰਦੋਲਨ ਚੱਲਦਾ ਸੀ ਤੇ ਵੱਧ ਤੋਂ ਵੱਧ ਗੁਰਦੁਆਰਿਆਂ ਚੋਂ ਲੰਗਰ ਚੱਲਦੇ ਰਿਹਾ ਜਦੋਂ ਸਾਡੀ ਤਾਕਤ ਘੱਟੀ, ਪਰ ਹੁਣ ਐਤਕੀ ਆਪਾਂ ਪਿਛਲੇ ਸਮੇਂ ਚ ਵੇਖਿਆ ਹੀ ਆ ਕਿ ਲੰਗਰ ਜਿਹੜਾ ਉਹਨਾਂ ਹੋਰਸਾਂ ਨੂੰ ਜਾਂਦਾ ਰਿਹਾ ਜਿਹੜੀਆਂ ਸਿੱਖਾਂ ਨੂੰ ਕੁੱਟ ਰਹੀਆਂ, ਸਿੱਖਾਂ ਨੂੰ ਨਹੀਂ ਗਿਆ। ਭਾਵੇਂ ਕਿ ਸਾਡੇ ਧਰਮ ਦੇ ਵਿੱਚ ਸਾਰਿਆਂ ਦੀ ਸਮ ਦ੍ਰਿਸ਼ਟੀ ਆ, ਲੰਗਰ ਚਲਾ ਗਿਆ ਉਹਨਾਂ ਲਈ ਕੋਈ ਮਾੜੀ ਗੱਲ ਨੀ, ਪਰ ਸਿੱਖਾਂ ਲਈ ਵੀ ਜਾਣਾ ਚਾਹੀਦਾ। ਤੋਂ ਮੇਰੇ ਕਹਿਣ ਦਾ ਭਾਵ ਇਹ ਆ ਕਿ ਭਾਈ ਸਾਹਿਬ ਇਹ ਜਿਹੜੇ ਪੰਥਕ ਮੁੱਦੇ ਆ ਨਾ ਗੁਰਦੁਆਰਿਆਂ ਚ ਸਰਕਾਰੀ ਦਖਲ ਹੋ ਰਿਹਾ ਵਾ, NSA ਲਗਾਉਣ ਦੀ ਇਹਨਾਂ ਨੇ ਗੱਲ ਕੀਤੀ, ਬਿਲਕੁਲ ਗਲਤ ਗੱਲ ਆ, ਨਹੀਂ ਲੱਗਣਾ ਚਾਹੀਦਾ, ਧੱਕਾ ਆ ਸਿੱਖਾਂ ਦੇ ਨਾਲ। ਇਹਦੇ ਤੋਂ ਇਲਾਵਾ ਸਾਡੇ ਜਿਹੜੇ ਬੰਦੀ ਸਿੰਘ ਬੜੇ ਚਿਰਾਂ ਤੋਂ ਜੇਲ੍ਹਾਂ ਦੇ ਵਿੱਚ ਆ, ਔਰ ਜਿਹੜੀ ਸਿੱਖਾਂ ਦੀ ਸਭ ਤੋਂ ਪੁਰਾਣੀ ਤੇ ਵੱਡੀ ਮੰਗ ਆ, ਉਹ ਮੈਂ ਇਹਨਾਂ ਸਾਰੇ ਵੀਰਾਂ ਦੇ ਧਿਆਨ ਤੇ ਲਿਆਉਣਾ। ਮੈਂ ਤੁਹਾਨੂੰ ਇਹ ਪੁੱਛ ਰਿਹਾ ਕਿ ਤੁਹਾਨੂੰ ਦੇਖੋ ਤੁਹਾਡੀ ਜਿਹੜੀ ਸਟੇਟਮੈਂਟ ਹੈ ਨਾ ਉਹ ਵੀ ਲੋਕਾਂ ਤੱਕ ਕਲੀਅਰ ਪਹੁੰਚੇ। ਕੁਲਦੀਪ ਜੀ ਕਲੀਅਰ ਦੱਸੋ ਕਿ ਤੁਹਾਨੂੰ ਇਤਰਾਜ਼ ਹੈ ਜਿਹੜਾ ਉਹਨਾਂ ਨੇ ਸ਼ਬਦ ਦਾ ਇਸਤੇਮਾਲ ਕੀਤਾ ਕਿ ਹੁਣ ਵੀ ਮਹੰਤਾਂ ਦਾ ਕਬਜ਼ਾ ਹੈ। ਦੇਖੋ ਮੇਰੇ ਹਿਸਾਬ ਨਾਲ ਇੱਕ ਸਿੱਖ ਨੂੰ ਦੂਜੇ ਸਿੱਖ ਦੇ ਲਈ ਇਹ ਸ਼ਬਦ ਜਿਹੜਾ ਨਹੀਂ ਵਰਤਣਾ ਚਾਹੀਦਾ। ਨਹੀਂ ਫਿਰ ਉਹ ਇੱਕ ਸੈਕਿੰਡ ਤੁਸੀਂ ਹਰਿਆਣਾ ਦੇ ਲਈ, ਤੁਸੀਂ ਹਰਿਆਣਾ ਲਈ, ਦਿੱਲੀ ਲਈ, ਹਜ਼ੂਰ ਸਾਹਿਬ ਦੇ ਲਈ ਨਹੀਂ ਵਰਤ ਰਹੇ ਹੋ ਉਹ ਸ਼ਬਦ? ਕਿਉਂ ਮੈਂ ਕਿਉਂ ਵਰਤ ਰਿਹਾ? ਕਿਉਂਕਿ ਸਿੱਖਾਂ ਦੀਆਂ ਵੋਟਾਂ ਦੇ ਨਾਲ ਨੀ ਚੁਣੇ ਹੋਏ ਜਿਹੜੇ ਹਜ਼ੂਰ ਸਾਹਿਬ ਵਾਲੇ ਆ, ਸਿੱਖ ਸੰਗਤ ਦੀਆਂ ਵੋਟਾਂ ਨਾਲ ਨੀ। ਮੈਂ ਸਰਕਾਰੀ ਕਹਿ ਰਿਹਾ ਉਹਨਾਂ ਨੂੰ, ਮੈਂ ਮਹੰਤ ਨੀ ਕਹਿ ਰਿਹਾ। ਸਰਕਾਰੀ ਮੈਂ ਕਿਉਂ ਕਹਿ ਰਿਹਾ? ਕਿਉਂਕਿ ਜੇ ਸ੍ਰੀ ਅਕਾਲ ਤਖ਼ਤ ਸਾਹਿਬ ਹੁਕਮ ਕਰੇ ਕਿ ਵੀਰ ਬਾਲ ਦਿਵਸ ਨਹੀਂ ਕਹਿਣਾ, ਪਰ ਦਿੱਲੀ ਕਮੇਟੀ ਜਿਹੜੀ ਆ ਸਰਕਾਰ ਨਾਲ ਮਿਲ ਕੇ ਵੀਰ ਬਾਲ ਦਿਵਸ ਮਨਾਵੇ ਤੇ ਉਹਨੂੰ ਆਪਾਂ ਸਰਕਾਰੀ ਨਹੀਂ ਤੇ ਕੀ ਆ। ਚਲੋ ਚਰਨਜੀਤ ਜੀ, ਤਾਂ ਮੈਂ ਜੀ ਠੀਕ ਹੈ ਚਰਨਜੀਤ, ਆਪਣੀ ਗੱਲ ਕੰਪਲੀਟ ਕਰਦਾ। ਚਲੋ ਕੰਪਲੀਟ ਕਰ ਲਓ, ਪਿੱਛੇ ਸਮਾਂ ਘੱਟ ਹੈ, ਮੈਂ ਇਸ ਕਰਕੇ ਕਹਿ ਰਿਹਾ। ਕੋਈ ਨਹੀਂ ਜੀ, ਮੈਂ ਜਿੰਨੇ ਵੀ ਵੀਰ ਬੈਠੇ ਆ ਸਿੱਖਾਂ ਦੀ ਇੱਕ ਨਾ ਪੁਰਾਣੀ ਮੰਗ ਰਹੀ ਹੈ, 1947 ਤੋਂ ਬਾਅਦ ਜੋ ਸਿੱਖਾਂ ਦੇ ਲਈ ਹਾਲਾਤ ਇਕਦਮ ਬਦਲੇ ਉਹਦਾ ਕਾਰਨ ਕੀ? ਕਿਉਂਕਿ 1947 ਤੋਂ ਪਹਿਲਾਂ ਸਾਨੂੰ ਕਿਹਾ ਗਿਆ ਕਿ ਤੁਸੀਂ ਵੱਧ ਤੋਂ ਵੱਧ ਸ਼ਹੀਦੀਆਂ ਦਾ ਉਹ ਮੁਲਕ ਦੀ ਆਜ਼ਾਦੀ ਲਈ ਲੜੋ, ਤੁਹਾਡੀ ਬੜੀ ਲੋੜ ਆ। ਪੰਡਿਤ ਜਵਾਹਰ ਲਾਲ ਨਹਿਰੂ ਵਰਗਿਆਂ ਨੇ ਆਖਿਆ ਜਾਂ ਜਿੰਨੇ ਮਹਾਤਮਾ ਗਾਂਧੀ ਜੀ ਨੇ ਆਖਿਆ, ਜਿੰਨੇ ਵੀ ਲੋਕ ਸੀ, ਪਰ 1947 ਤੋਂ ਬਾਅਦ ਉਹਨਾਂ ਨੂੰ ਇਹ ਲੱਗਾ, ਉਹਨਾਂ ਦੀ ਪਿੱਛੇ ਭਾਵਨਾ ਸੀ ਭਾਈ ਤੁਸੀਂ ਤੇ ਭਾਈ ਇੱਕ ਫੌਜ ਪੈਦਾ ਕੀਤੀ ਸਾਡੀ ਰੱਖਿਆ ਦੇ ਲਈ, ਹੁਣ ਤੁਸੀਂ ਸਾਡਾ ਇੱਕ ਪਾਰਟ ਬਣ ਜਾਓ, ਸਾਡੇ ਜੱਜ ਭੋਜੋ। ਮੇਰੇ ਕਹਿਣ ਦਾ ਭਾਵ ਆ ਸੰਵਿਧਾਨ ਦੀ ਧਾਰਾ 25B ਜਿਹਦੇ ਉੱਤੇ ਸਾਨੂੰ ਕੇਸਾਧਾਰੀ ਹਿੰਦੂ ਕਿਹਾ, ਉਹ ਇੱਕ ਸਾਡੀ ਵੱਡੀ ਮੰਗ ਆ ਕਿ ਸਾਨੂੰ ਵੱਖਰੀ ਕੌਮ ਤੇ ਵੱਖਰੇ ਧਰਮ ਦਾ ਦਰਜਾ ਦੁਨੀਆਂ ਭਰ ਚ ਮਿਲਿਆ, ਗੁਰੂ ਨੇ ਦੇਤਾ ਵਾ, ਭਾਰਤੀ ਸੰਵਿਧਾਨ ਦੇ ਵਿੱਚ ਹੈ ਨੀ, ਉਹਦੇ ਲਈ ਸਾਨੂੰ ਜੱਦੋਜਹਿਦ ਕਰਨੀ ਚਾਹੀਦੀ, ਛੋਟੀਆਂ ਛੋਟੀਆਂ ਲੜਾਈਆਂ ਛੱਡ ਕੇ ਕੌਮ ਦੀ ਲੜਾਈ ਜਿਹੜੀ ਉਹ ਸਾਨੂੰ ਲੜਨੀ ਚਾਹੀਦੀ। ਚਲੋ ਮੈਨੂੰ ਚਰਨਜੀਤ ਜੀ ਤੋਂ ਇੱਕ ਰਿਐਕਸ਼ਨ ਲੈ ਲੈਣ ਦਿਓ। ਚਰਨਜੀਤ ਜੀ, ਤੁਸੀਂ ਮਹੰਤ ਸ਼ਬਦ ਦਾ ਇਸਤੇਮਾਲ ਕਰ ਦਿੱਤਾ, ਕੀ ਤੁਸੀਂ ਪੰਜਾਬ ਦੇ ਅੰਦਰ ਇਸ ਸ਼ਬਦ ਦਾ ਇਸਤੇਮਾਲ ਕਰ ਰਹੇ ਹੋ, ਪੰਜਾਬ ਤੋਂ ਬਾਹਰ ਵੀ, ਜਾਂ ਪੰਜਾਬ ਤੋਂ ਬਾਹਰ ਹੀ ਕਰ ਰਹੇ ਹੋ? ਗੌਰਵ ਜੀ, ਭਾਈ ਕੁਲਦੀਪ ਸਿੰਘ ਜੀ ਨੇ ਧਿਆਨ ਵਿੱਚ ਲਿਆਂਦਾ ਕਿ ਜੋ ਨੰਦੇੜ ਹਜ਼ੂਰ ਸਾਹਿਬ ਵਿਖੇ
ਜੋ ਉੱਥੇ ਪ੍ਰਬੰਧਕ ਕਮੇਟੀ ਨੇ ਜੋ ਕੀਤਾ, ਸਰਕਾਰ ਨੇ ਕਰਵਾਇਆ, ਦਿੱਲੀ ਕਮੇਟੀ ਦਾ ਇਹਨਾਂ ਨੇ ਜ਼ਿਕਰ ਕੀਤਾ, ਮੈਂ ਇਹਨਾਂ ਨੂੰ ਥੋੜਾ ਯਾਦ ਕਰਵਾ ਦਿਆਂ ਕਿ ਇਹ ਸਾਰਾ ਕੁਝ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨੂੰ ਜੋ ਇੱਕ ਪਰਿਵਾਰ ਚਲਾ ਰਿਹਾ, ਚਾਹੇ ਕਿਹਾ ਇਹ ਜਾਂਦਾ ਕਿ ਸ਼੍ਰੋਮਣੀ ਕਮੇਟੀ ਦੇ ਵਿੱਚ ਬਾਦਲ ਪਰਿਵਾਰ ਦਾ ਕੋਈ ਦਖਲ ਨਹੀਂ ਰਿਹਾ, ਪਰ ਪਿਛਲੇ 25-26 ਸਾਲਾਂ ਤੋਂ ਇੱਕ ਪਰਿਵਾਰ ਹੀ, ਭਾਵੇਂ ਜਥੇਦਾਰ ਗੁਰਚਰਨ ਸਿੰਘ ਟੌੜਾ ਪ੍ਰਧਾਨ ਬਣਨ, ਜਦ ਉਹ ਇਹਨਾਂ ਦੇ ਨਾਲ ਨਹੀਂ ਸਹਿਮਤ ਰਹੇ, ਉਹਨਾਂ ਨੂੰ ਪਾਰਟੀ ਚੋਂ ਕੱਢ ਦਿੱਤਾ ਜਾਂਦਾ, ਪ੍ਰਧਾਨਗੀ ਤੋਂ ਲਾਹ ਦਿੱਤਾ ਜਾਂਦਾ, ਬੀਬੀ ਜਗੀਰ ਕੌਰ ਨੂੰ ਜੀ ਨੂੰ ਬਣਾ ਦਿੱਤਾ ਜਾਂਦਾ, ਬੀਬੀ ਜਗੀਰ ਕੌਰ ਕੋਈ ਆਵਾਜ਼ ਉਠਾਉਂਦੇ ਆ ਤੇ ਧਾਮੀ ਸਾਹਿਬ ਨੂੰ ਬਣਾ ਦਿੱਤਾ ਜਾਂਦਾ, ਅਵਤਾਰ ਸਿੰਘ ਮੱਕੜ ਜੀ ਨੂੰ ਬਣਾ ਦਿੱਤਾ ਜਾਂਦਾ, ਸਵਰਗਵਾਸੀ ਜੀ ਨੂੰ, ਬੰਡੂਗਰ ਸਾਹਿਬ ਨੂੰ ਬਣਾ ਦਿੱਤਾ ਜਾਂਦਾ, ਜਿੰਨੇ ਵੀ ਪ੍ਰਧਾਨ ਬਣਦੇ ਰਹੇ ਨੇ ਉਹ ਇੱਕ ਪਰਿਵਾਰ ਦੇ ਲਿਫਾਫੇ ਵਿੱਚੋਂ ਹੀ ਨਿਕਲਦੇ ਰਹੇ ਨੇ। ਸਾਰੇ ਹੀ ਅਧਿਕਾਰ ਜਦੋਂ ਵੀ ਨਵੰਬਰ ਦੇ ਵਿੱਚ ਪ੍ਰਧਾਨ ਦੀ ਚੋਣ ਹੁੰਦੀ ਆ ਤੇ ਬਾਦਲ ਪਰਿਵਾਰ ਨੂੰ ਹੀ ਸੌਂਪੇ ਜਾਂਦੇ ਰਹੇ ਨੇ। ਜਦੋਂ ਇੱਕ ਬਾਦਲ ਪਰਿਵਾਰ, ਇੱਕ ਪਰਿਵਾਰ ਖੜਾ ਹੋ ਕੇ ਸ਼੍ਰੋਮਣੀ ਕਮੇਟੀ ਬਾਰੇ ਸਾਰੇ ਫੈਸਲੇ ਲੈ ਰਿਹਾ, ਸਾਰੀ ਅੰਤਰਿਮ ਕਮੇਟੀ ਐਗਜੈਕਟਿਵ ਸਾਰੀ ਸਿਲੈਕਟ ਕਰ ਰਿਹਾ, ਪ੍ਰਧਾਨ ਸਿਲੈਕਟ ਕਰ ਰਿਹਾ, ਤੇ ਕੁਦਰਤੀ ਗੱਲ ਆ ਕਿ ਫਿਰ ਆਪਾਂ ਮਹੰਤ ਕਿਵੇਂ ਨਾ ਕਹੀਏ। ਜਿਹੜੀ ਗੱਲ ਇਹਨਾਂ ਨੇ ਕੀਤੀ ਹੈ ਭਾਈ ਕੁਲਦੀਪ ਸਿੰਘ ਜੀ ਨੇ ਮਹਾਰਾਸ਼ਟਰ ਦੇ ਵਿੱਚ ਸਰਕਾਰ ਬਾਰੇ ਤੇ ਦਿੱਲੀ ਦੇ ਵਿੱਚ ਸਰਕਾਰ ਬਾਰੇ, ਜਦੋਂ ਮਹਾਰਾਸ਼ਟਰ ਦੇ ਵਿੱਚ ਗੁਰਦੁਆਰਾ ਹਜ਼ੂਰ ਸਾਹਿਬ ਵਿਖੇ ਬੋਰਡ ਬਣਿਆ, ਅੱਜ ਚਾਹੇ ਇਹਨਾਂ ਦਾ ਉਸ ਪਾਰਟੀ ਨਾਲ ਭਾਈਵਾਲੀ ਨਹੀਂ ਰਹੀ, ਪਰ ਉਦੋਂ ਭਾਰਤ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਸਰਕਾਰ ਇਹਨਾਂ ਦੀ ਭਾਈਵਾਲ ਪਾਰਟੀ ਦੀ ਇੱਕ ਹੋਰ ਭਾਈਵਾਲ ਪਾਰਟੀ ਦੇ ਨਾਲ ਸੀ। ਉਦੋਂ ਇਹਨਾਂ ਨੇ ਇਹ ਜਿਹੜੀ ਆ ਅੱਜ ਪਰਿਵਾਰ ਜਿਹੜਾ ਵਾ ਕਿ ਜਿਹਨੂੰ ਕਿ ਪੰਥ ਨੇ ਬਿਲਕੁਲ ਪੰਜਾਬ ਦੀ ਰਾਜਨੀਤੀ ਦੇ ਨਸ਼ੇ ਤੋਂ ਬਿਲਕੁਲ ਠੀਕ ਹੈ ਕਰ ਦਿੱਤਾ ਵਾ, ਉਹਨਾਂ ਨੇ ਇਹ ਗੱਲ ਕਿਉਂ ਨੀ ਕੀਤੀ? ਸੋ ਮੈਂ ਜਵਾਬ ਲੈ ਲਵਾਂ, ਥੋੜਾ ਸਮਾਂ ਘੱਟ ਹੈ ਚਰਨਜੀਤ ਜੀ, ਤੁਹਾਡੀ ਗੱਲ ਆ ਗਈ ਹੈ, ਤੁਹਾਡੀ ਗੱਲ ਆ ਗਈ, ਮੈਂ ਜਵਾਬ ਲੈ ਲਵਾਂ। ਕਾਰਜ ਹੋਣਗੇ, ਮੈਨੂੰ ਲੱਗਦਾ ਕਿ ਪੀਰ ਮੁਹੰਮਦ ਸਾਹਿਬ, ਬਵਿੰਦਰ ਜੀ ਥੋੜੀ ਵੇਟ ਕਰਿਓ, ਪੀਰ ਮੁਹੰਮਦ ਸਾਹਿਬ ਇੱਕ ਪੂਰੀ ਪੂਰਾ ਸਵਾਲ ਲੈ ਲਿਓ। ਠੀਕ, ਜਦ ਗੁਰੂ ਘਰਾਂ ਦੇ ਵਿੱਚ ਪਿੱਛੇ ਦੇ ਵੀਡੀਓ ਵਾਇਰਲ ਹੋਈਆਂ ਕਿ ਸ਼ਰਾਬਾਂ ਦੇ ਵਿੱਚ ਸ਼ਰਾਬਾਂ ਪੀਤੀਆਂ ਜਾਣਗੀਆਂ, ਸ਼ਰਾਬਾਂ ਦੇ ਵਿੱਚ ਮੀਟ ਦਾ ਇਸਤੇਮਾਲ ਕੀਤਾ ਜਾਏਗਾ, ਤੇ ਹੋਰ ਕਈ ਕੁਰਹਿਤਾਂ ਜੋ ਮੈਂ ਤੁਹਾਡੇ ਚੈਨਲ ਦੇ ਉੱਤੇ ਨਹੀਂ ਬੋਲ ਸਕਦਾ ਕੀਤੀਆਂ ਜਾਣਗੀਆਂ, ਤੇ ਜੋ ਪੰਜਾ ਸਾਹਿਬ ਨਨਕਾਣਾ ਸਾਹਿਬ ਜਦੋਂ 1919 ਦੇ ਵਿੱਚ ਸ਼੍ਰੋਮਣੀ ਕਮੇਟੀ ਬਣੀ ਸੀ, ਉਹ ਤੋਂ ਪਹਿਲਾਂ ਵੀ ਇਹੀ ਕੁਝ ਹੋ ਰਿਹਾ ਸੀ, ਤੇ ਮਹੰਤ ਕਿਵੇਂ ਨਾ ਕਹੀਏ? ਮਹੰਤ ਤੁਹਾਡੀ ਗੱਲ ਆ ਗਈ, ਨਾਲ ਸਿੰਘ ਲੱਗਦਾ ਹੋਵੇ ਤੇ ਸਿੱਖ ਪੱਗ ਬੰਨਦਾ ਹੋਵੇ ਤੇ ਉਹ ਆਪਾਂ ਕਹੀਏ ਕਿ ਸਿੱਖ ਆ, ਜਦੋਂ ਉਹਦਾ ਸਾਰਾ ਜੋ ਜਿਹੜੇ ਉਹਨਾਂ ਦੇ ਠੀਕ ਹੈ ਬਲਵਿੰਦਰ ਜੀ ਬਲਵਿੰਦਰ ਜੀ ਹਾਂ, ਜਿਹੜੀ 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 ਮੈਂ ਤਾਂ ਉੱਥੇ ਹੀ ਗੱਲ ਕਰਦਾ, ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਸਮੁੱਚੀ ਸਿੱਖ ਕੌਮ ਦੀ ਭਾਵਨਾ ਨੂੰ ਵੇਖਦਿਆਂ ਹੋਇਆਂ ਸਾਰਿਆਂ ਨੂੰ ਇੱਕ ਝੰਡੇ ਥੱਲੇ ਇਕੱਤਰ ਹੋਣ ਦੀ ਅੱਜ ਲੋੜ ਹੈ। ਜਿਵੇਂ ਵੀਰ ਜੀ ਕਹਿ ਰਹੇ ਸੀ ਆਪਣੇ ਵੀ ਪੰਥ ਅਤੇ ਪੰਜਾਬ ਨੂੰ ਵੱਡਾ ਖਤਰਾ ਹੈ, ਵੱਡਾ ਅਸੀਂ ਵੱਡੇ ਸਿਆਸੀ ਇਹੋ ਜਿਹੀ ਉਲਝਣ ਵਿੱਚ ਪਏ ਹੋਏ ਹੈ, ਧੜੇਬੰਦੀ ਦਾ ਸ਼ਿਕਾਰ ਹੋ ਕੇ, ਪਰ ਮੈਂ ਬੇਨਤੀ ਕਰਦਾ ਸਾਡੀ ਕੌਮ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਸ਼ਖਸੀਅਤਾਂ ਪਈਆਂ ਜਿਨ੍ਹਾਂ ਤੇ ਸਵਾਲ ਨਹੀਂ ਉੱਠ ਸਕਦਾ। ਬੀਬੀ ਪਰਮਜੀਤ ਕੌਰ ਜੀ ਖਾਲੜਾ, ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ, ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦਾ ਪਰਿਵਾਰ ਅਤੇ ਹੋਰ ਬਹੁਤ ਸਾਰੀਆਂ ਸੂਝਵਾਨ ਸਾਡੇ ਕੋਲ ਇਹੋ ਜਿਹੀਆਂ ਸ਼ਖਸੀਅਤਾਂ ਪਈਆਂ। ਮੈਂ ਬੇਨਤੀ ਕਰਦਾ
ਪੀਰ ਮੁਹੰਮਦ ਸਾਹਿਬ ਨੂੰ ਕਿਰਪਾ ਕਰਕੇ ਸਮਾਂ ਰਹਿੰਦਿਆਂ ਆ ਜਾਓ ਅਕਾਲ ਤਖ਼ਤ ਸਾਹਿਬ ਤੇ ਇਕੱਤਰ ਹੋ ਕੇ ਸਾਰੇ ਆਪੋ ਆਪਣੇ ਧੜੇ ਭੰਗ ਕਰ ਦਿਓ। ਅਸੀਂ ਸਰਬਜੀਤ ਸਿੰਘ ਵੱਲੋਂ ਵੀ ਇਹ ਬੇਨਤੀ ਕਰਦੇ ਹਾਂ ਜੇ ਸਾਰੇ ਸਮਰਪਿਤ ਹੋ ਕੇ ਅਕਾਲ ਤਖ਼ਤ ਸਾਹਿਬ ਨੂੰ ਚੱਲਣਗੇ ਅਸੀਂ ਸਾਰੇ ਨਾਲ ਅਕਾਲ ਤਖ਼ਤ ਸਾਹਿਬ ਦੀ ਸ਼ਰਨ ਚ। ਪੀਰ ਮੁਹੰਮਦ ਸਾਹਿਬ, ਪੀਰ ਮੁਹੰਮਦ, ਦੇਖੋ ਜੀ, ਦੇਖੋ ਜਿਹੜੀ ਏਕਤਾ ਪੰਥਕ ਏਕਤਾ ਉਹ ਸਮੇਂ ਦੀ ਲੋੜ ਹੈ, ਹਮੇਸ਼ਾ ਹੀ ਰਹੀ ਹੈ, ਕਿਉਂਕਿ ਆਪਾਂ ਦੇਖਦੇ ਹਾਂ ਇੱਥੇ ਹੋਰ ਵੀ ਬਹੁਤ ਸਾਰੀਆਂ ਕੌਮਾਂ ਨੇ ਆਪਣੇ ਦੇਸ਼ ਦੇ ਅੰਦਰ, ਲੇਕਿਨ ਕੋਈ ਕੌਮ ਇਸ ਤਰੀਕੇ ਨਾਲ ਨਹੀਂ ਲੜ ਰਹੀ ਜਿਸ ਤਰੀਕੇ ਨਾਲ ਅਸੀਂ ਆਪਸ ਵਿੱਚ ਲੜੀ ਜਾ ਰਹੇ ਹਾਂ। ਅਸੀਂ ਸੋਸ਼ਲ ਮੀਡੀਆ ਭਰਿਆ ਹੁੰਦਾ ਰੋਜ਼, ਅਸੀਂ ਹਰ ਜਗ੍ਹਾ ਦੇ ਉੱਤੇ ਕਟਾਸਕ ਇੱਕ ਦੂਜੇ ਨੂੰ ਕਰਦੇ ਹਾਂ, ਇੱਕ ਦੂਜੇ ਨੂੰ ਸਰਦਾਰ ਕਹੀ ਜਾਂਦੇ ਹਾਂ, ਫਿਰ ਗਦਾਰ ਕਹੀ ਜਾਂਦੇ ਹਾਂ, ਫਿਰ ਕੁਝ ਹੋਰ ਇਹੋ ਜਿਹੇ ਤਖੱਲਸ ਜਿਹੜੇ ਆ ਉਹ ਵਰਤਣੇ ਸ਼ੁਰੂ ਕੀਤੇ ਹੋਏ ਨੇ, ਜਿਹੜੇ ਕਿ ਜਿਹੜਾ ਦੇਖੋ ਜਿਹੜੀ ਸਾਡੀ ਜ਼ਬਾਨ ਹੈ ਇਸ ਦੇ ਵਿੱਚੋਂ ਨਿਕਲਿਆ ਕੋਈ ਵੀ ਸ਼ਬਦ ਉਹ ਜਿਹੜਾ ਉਹ ਅੱਛੇ ਤਰੀਕੇ ਨਾਲ ਅੱਗੇ ਜਾਣਾ ਚਾਹੀਦਾ ਜਿੰਨੇ ਲੋਕ ਦਰਸ਼ਕ ਸਾਡੀ ਗੱਲ ਸਮਝ ਸਕਣ। ਸੋ ਸਾਨੂੰ ਕਿਸੇ ਨੂੰ ਇਹੋ ਜਿਹੇ ਖਿਤਾਬ ਦੇਣ ਦੀ ਜਗ੍ਹਾ ਇਹ ਸੋਚਣਾ ਚਾਹੀਦਾ ਕਿ ਅਸੀਂ ਗੁਰੂ ਨੂੰ ਸਮਰਪਿਤ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਨਤਮਸਤਕ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਸਨਮੁਖ ਹੋ ਕੇ ਜੋ ਸਾਡੇ ਵਿੱਚ ਕ੍ਰਿਤੀਆਂ ਨੇ ਉਹ ਆਪਣੇ ਅੰਦਰ ਜਿਹੜਾ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਕਰੀਏ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਸਾਨੂੰ ਸਾਰਿਆਂ ਨੂੰ ਆਪਣਾ ਆਪਣਾ ਜਿਸ ਦਿਨ ਅਸੀਂ ਆਪਣੇ ਇਹ ਸਿਧਾਂਤਾਂ ਨੂੰ ਅਪਣਾ ਲਾਂਗੇ ਫਿਰ ਆਪਣੇ ਆਪ ਹੀ ਸਭ ਕੁਝ ਠੀਕ ਹੋ ਜਾਏਗਾ। ਪਰ ਤੁਹਾਡੇ ਉੱਤੇ ਐਲੀਗੇਸ਼ਨਸ ਬਹੁਤ ਸਾਰੇ ਲਗਾ ਦਿੱਤੇ ਕਿ ਜੇ ਦੇਖੋ ਜਿਹੜੇ ਲਾਉਣ ਵਾਲੇ ਆ ਉਹਨਾਂ ਨੇ ਮਹੰਤ ਸ਼ਬਦ ਦਾ ਇਸਤੇਮਾਲ ਕਰ ਦਿੱਤਾ। ਗਰਮ ਜੀ ਇੱਕ ਮਿੰਟ ਪਲੀਜ਼, ਮੈਂ ਪੀਰ ਮੁਹੰਮਦ ਸਾਹਿਬ ਇੱਕ ਮਿੰਟ ਪਲੀਜ਼, ਪੀਰ ਮੁਹੰਮਦ ਸਾਹਿਬ ਤੁਸੀਂ ਠੀਕ ਹੈ, ਪਰ ਇਹ ਗੱਲ ਜੇ ਕਿਸੇ ਬੰਦੇ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਕੌਮ ਦਾ ਨੁਕਸਾਨ ਕੀਤਾ ਹੋਵੇ ਤੇ ਉਹਨੂੰ ਕਹਿਣ ਦੀ ਜ਼ਰੂਰਤ ਰੱਖਣੀ ਹੈ, ਇਹ ਵੀ ਕੌਮ ਆ ਨਾ, ਇਹ ਵੀ ਕੌਮੀਅਤ ਆ ਨਾ। ਜੇ ਕਿਸੇ ਮਨੁੱਖ ਨੇ ਮੈਂ ਇਹੋ ਹੀ ਗੱਲ ਕਹਿ ਰਿਹਾ ਕਿ ਬੈਠ ਕੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਹੋਵੇ, ਇਹੋ ਹੀ ਤਾਂ ਮੈਂ ਸਵਾਲ ਕੀਤਾ ਕਿ ਉਸ ਦਿਨ ਸਟੇਜ ਦੇ ਉੱਤੇ ਜਦੋਂ ਕੱਲ ਸਟੇਜ ਲੱਗੀ ਸੀ ਆ ਹੁਣ ਚਰਨਜੀਤ ਸਿੰਘ ਜੀ ਹੋਰਾਂ ਨੇ ਹੋਰ ਬੜੀ ਲੰਮੀ ਬਹੁਤ ਭਾਸ਼ਣ ਦੇ ਦਿੱਤਾ, ਇਹਦੇ ਉੱਤੇ ਇੱਕ ਸ਼ਬਦ ਨਹੀਂ ਬੋਲ ਸਕੇ ਕਿ ਜਿਹੜਾ ਰਾਜਦੇਵ ਸਿੰਘ ਨੇ ਉਦਣ ਕੱਲ ਬੋਲਿਆ ਹੈ ਇਹਨਾਂ ਨੇ ਵੀ ਸੁਣਿਆ ਹੋਵੇਗਾ ਕਿ ਉਹ ਚੰਗੀ ਗੱਲ ਸੀ, ਉਸ ਨੂੰ ਕਿਉਂ ਨਹੀਂ ਸਟਰੋਂਗਲੀ ਕੰਡੈਮ ਕਰਦੇ ਜਿੰਨੇ ਵੀ ਬੁਲਾਰੇ ਬੈਠੇ ਆ, ਸਾਰਿਆਂ ਦਾ ਫਰਜ਼ ਬਣਦਾ ਉਹਨੂੰ ਇੱਕ ਵੱਡਿਓ ਉਸ ਚੀਜ਼ ਨੂੰ ਰੱਦ ਕੀਤਾ ਜਾਵੇ ਔਰ ਉਹਨਾਂ ਨੂੰ ਜਿਵੇਂ ਬਲਵਿੰਦਰ ਸਿੰਘ ਜੀ ਨੇ ਕਿਹਾ ਹੈ ਕਿ ਉਹ ਮਾਫ਼ੀ ਮੰਗਣ ਉਹਦੇ ਲਈ, ਇਹ ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਜੀ ਵੱਲੋਂ ਨੁਮਾਇੰਦੇ ਆਏ ਇਹ ਵੀ ਕਹਿਣ। ਠੀਕ ਹੈ, ਚਲੋ ਮੈਂ ਜਵਾਬ ਲੈਣਾ, ਮੈਂ ਵਾਈਂਡ ਅਪ ਕਰਨਾ ਉਸ ਤੋਂ ਬਾਅਦ। ਚਰਨਜੀਤ, ਚਰਨਜੀਤ ਜੀ, ਮੈਂ ਥੋੜਾ ਲੇਟ ਆਇਆ, ਤੁਹਾਡਾ ਮੈਸੇਜ ਬਹੁਤ ਲੇਟ ਲੱਗਾ, ਤੁਸੀਂ ਮੈਨੂੰ ਸਵਾਲ ਹੀ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਸੰਬੰਧੀ ਪਾਰਟੀ ਬਣਾਉਣ ਬਾਰੇ ਕੀਤਾ, ਜਿਹੜੀ ਰਾਜਦੀਪ ਸਿੰਘ ਖਾਲਸਾ ਜੀ ਨੇ ਕੱਲ ਉੱਥੇ ਬਿਆਨ ਦਿੱਤਾ ਮੈਂ ਬਿਲਕੁਲ ਕੰਡੈਮ ਕਰਦਾ, ਉਹ ਸਾਡੇ ਅਫੀਸ਼ੀਅਲ ਐਡਵੋਕੇਟ ਨੇ ਨਾ ਕਿ ਅਫੀਸ਼ੀਅਲ ਬੁਲਾਰੇ ਨੇ ਜੋ ਕਿ ਉਹ ਸਾਡੇ ਵੱਲੋਂ ਕੁਝ ਬੋਲ ਸਕਣ। ਸੋ ਮੈਂ ਉਹਨਾਂ ਦੇ ਇਸ ਬਿਆਨ ਨੂੰ ਜੋ ਉਹਨਾਂ ਸ਼ਹੀਦਾਂ ਦੇ ਸਰਤਾਜ ਕਿਹਾ ਜਾਂ ਅਕਾਲੀ ਦਲ ਦੇ ਪ੍ਰਧਾਨ ਬਣਾਉਣ ਬਾਰੇ ਗੱਲ ਕੀਤੀ ਆ, ਮੈਂ ਹੀ ਇਸ ਗੱਲ ਦਾ ਜਿਹੜਾ ਸ਼ਹੀਦਾਂ ਦਾ ਸਰਤਾਜ ਉਹਨਾਂ ਨੇ ਰੋਡੇ ਸਾਹਿਬ ਨੂੰ ਕਹਿ ਦਿੱਤਾ ਚਾਹੇ ਉਹ ਜ਼ਬਾਨ ਫਿਸਲੀ ਹੈ ਉਹਨਾਂ ਨੂੰ ਇਸ ਗੱਲ ਤੋਂ ਜਿਹੜਾ ਵਾ ਮਾਫ਼ੀ ਮੰਗਣੀ ਬਣਦੀ ਆ, ਜਿੱਥੇ ਗੱਲ ਸੱਚ ਦੀ ਹੋਏਗੀ ਚਾਹੇ ਉਹ ਸਾਡਾ ਹੋਏਗਾ ਚਾਹੇ ਉਹ ਪਰਾਇਆ ਹੋਏਗਾ ਅਸੀਂ ਇਹ ਕਦੀ ਵੀ ਵਖਰੇਵਾਂ ਨਹੀਂ ਕਰਾਂਗੇ, ਜਿਹੜੀ ਗੱਲ ਕੰਡੈਮ ਕਰਨ ਵਾਲੀ ਹੀ ਬਣਦੀ ਆ ਅਸੀਂ ਹਿੱਕ ਦੀ ਜ਼ੋਰ ਦੇ ਨਾਲ ਕੰਡੈਮ ਕਰਾਂਗੇ ਤੇ ਉਹਦੀ ਨਿਖੇਧੀ ਕਰਦੇ ਹਾਂ ਤੇ ਪਰਿਵਾਰ ਵੱਲੋਂ ਵੀ ਕਰਦੇ ਆ। ਠੀਕ ਹੈ, ਚਲੋ ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ, ਸਾਡੇ ਕੋਲ ਸਮਾਂ ਖਤਮ ਹੋ ਚੱਲਿਆ ਹੈ ਸਾਡੇ ਨਾਲ ਜੁੜਨ ਦੇ ਲਈ ਇਸ ਪੂਰੀ ਗੱਲਬਾਤ ਦੇ ਵਿੱਚ ਸ਼ਾਮਿਲ ਹੋਣ ਦੇ ਲਈ। ਇਸ ਪੂਰੀ ਡਿਬੇਟ ਦੇ ਵਿੱਚੋਂ ਇੱਕ ਚੀਜ਼ ਨਿਕਲ ਕੇ ਬਹੁਤ ਕਲੀਅਰ ਆਈ, ਕਿਉਂਕਿ ਹੁਣ ਤੱਕ ਸਰਬਜੀਤ ਸਿੰਘ ਖਾਲਸਾ ਦੀ ਸਟੇਟਮੈਂਟ ਆਪਾਂ ਸੁਣ ਰਹੇ ਸੀ ਜੋ ਐਸ ਜੀ ਪੀ ਸੀ ਚੋਣਾਂ ਨੂੰ ਲੈ ਕੇ ਜ਼ਿਕਰ ਕਰ ਰਹੇ ਸੀ, ਅੰਮ੍ਰਿਤਪਾਲ ਸਿੰਘ ਦੇ ਜਿਹੜੇ ਸਮਰਥਕ ਨੇ ਉਹ ਵੀ ਕਲੀਅਰ ਕਰ ਗਏ ਕਿ ਐਸ ਜੀ ਪੀ ਸੀ ਚੋਣਾਂ ਦੇ ਉੱਤੇ ਜੇ ਉਹਨਾਂ ਦੀ ਨਜ਼ਰ ਹੈਗੀ 165 ਜਿਹੜੇ ਉਮੀਦਵਾਰ ਹੁੰਦੇ ਨੇ ਉੱਥੇ, ਚਰਨਜੀਤ ਜੀ ਇਹ ਜ਼ਿਕਰ ਕਰ ਰਹੇ ਸੀ ਕਿ ਅੰਮ੍ਰਿਤਪਾਲ ਸਿੰਘ ਜਾਂ ਫਿਰ ਦੋਵਾਂ ਦੇ ਇਕੱਠੇ ਕੋਈ ਪਾਰਟੀ ਬਣਾ ਕੇ ਉਹਨਾਂ ਦੇ ਨੁਮਾਇੰਦੇ ਨਜ਼ਰ ਆਉਣਗੇ।
ਖੈਰ ਵੱਖ ਵੱਖ ਮੁੱਦੇ ਇਸ ਸਮੇਂ ਲਾਜ਼ਮੀ ਤੌਰ 'ਤੇ ਪੰਜਾਬ ਔਰ ਖਾਸ ਤੌਰ 'ਤੇ ਸਿੱਖ ਭਾਈਚਾਰੇ ਦੇ ਸਾਹਮਣੇ ਹੈਗੇ ਨੇ, ਉਹਨਾਂ ਨੂੰ ਲੈ ਕੇ ਕਿ ਵਾਕਈ ਇਕੱਠੇ ਆਉਂਦੇ ਨੇ, ਇੱਕ ਨਵਾਂ ਅਕਾਲੀ ਦਲ ਬਣ ਜਾਂਦਾ ਹੈ ਜਾਂ ਪੁਰਾਣੇ ਅਕਾਲੀ ਦਲ ਦੇ ਵਿੱਚ ਕਿਸ ਤਰੀਕੇ ਦੇ ਨਾਲ ਪਹੁੰਚ ਜਾਂਦੇ ਨੇ, ਇਹ ਬਹੁਤ ਅਹਿਮ ਸਵਾਲ ਨੇ ਜੋ ਆਉਣ ਵਾਲੇ ਸਮੇਂ ਦੇ ਵਿੱਚ ਹੀ ਜਿਨ੍ਹਾਂ ਦਾ ਜਵਾਬ ਸਾਨੂੰ ਮਿਲੇਗਾ। ਪ੍ਰਾਈਮ ਟਾਈਮ 'ਚ ਅੱਜ ਦੇ ਲਈ ਇੰਨਾ ਹੀ, ਇਜਾਜ਼ਤ ਦਿਓ, ਧੰਨਵਾਦ।